ਹੈਲੋ ਜੀ, ਸਤਿ ਸ਼੍ਰੀ ਅਕਾਲ, ਅਦਾਬ, ਨਮਸਕਾਰ ਤੇ ਮੇਰੇ ਵੱਲੋਂ ਯਾਨੀ ਕਿ ਬਲਬੀਰੋ ਵੱਲੋਂ ਤੇ ਲਵ ਯੂ ਵੱਲੋਂ ਜੀ ਜਨਾਬ, ਜੀ ਜਨਾਬ, ਜੀ ਜਨਾਬ। ਲਓ ਜੀ, ਇੱਕ ਵਾਰ ਫਿਰ ਹਾਜ਼ਰ ਹੋ ਗਿਆ ਤੁਹਾਡਾ ਫੇਵਰੇਟ ਸ਼ੋਅ ਲੈ ਕੇ। ਤੇ ਇਸ ਸ਼ੋਅ ਦੇ ਵਿੱਚ ਤੁਸੀਂ, ਤੁਹਾਨੂੰ ਤਾਂ ਪਤਾ ਹੀ ਹੈ ਤੁਸੀਂ ਕੀ ਕਰਦੇ ਹੋ। ਜੀ ਹਾਂ, ਤੁਸੀਂ ਕਰਦੇ ਹੋ ਕਾਲ ਤੇ ਕਰਦੇ ਹੋ ਚਟਪਟੀਆਂ ਗੱਲਾਂ, ਕਹਿਣ ਜੀਆਂ ਗੱਲਾਂ। ਅੱਜ ਵੀ ਤੁਸੀਂ ਕਰਨੀਆਂ ਨੇ ਗੱਲਾਂ ਖੂਬ ਸਾਰੀਆਂ, ਕਿਉਂਕਿ ਲਵ ਯੂ ਵੀ ਆ ਤੇ ਇੱਥੇ ਬਲਬੀਰੋ ਵੀ ਬੈਠੀ ਹੈ। ਹਾਂ, ਜੈ ਹਿੰਦ ਮੈਮ। ਜੈ ਹਿੰਦ। ਕੀ ਹਾਲ ਹੈ ਮੈਮ? ਕਰਵਾ ਚੌਥ ਨਾਲ ਆਣਾ। ਅੱਛਾ, ਤਾਂ ਖਿੜੀ ਫਿਰਦੀ ਅੱਜ ਹੈ? ਹਾਂਜੀ ਮੈਮ, ਨਹੀਂ ਉਹਦੇ ਕਰਕੇ ਨੀ ਮੈਮ, ਮੈਂ ਕਿਹੜੀ ਗੱਲੋਂ ਖਿੜਨਾ। ਮੇਰਾ ਤਾਂ ਕੋਈ ਬੁਆਏਫ੍ਰੈਂਡ ਵੀ ਨਹੀਂ ਹੈਗਾ ਨਾ। ਅੱਛਾ, ਤੇ ਫਿਰ ਇੰਨੀ ਖੁਸ਼ ਕਿਉਂ ਆ ਮੈਮ? ਵੈਸੇ ਹੀ ਮਤਲਬ ਮੇਰੇ ਘਰ ਦੇ ਤਾਂ ਪਾਣੀ ਪਲਾ ਪਲਾ ਕੇ ਚੈੱਕ ਕਰੀ ਜਾਂਦੇ, ਕਿਤੇ ਕੋਈ ਬੁਆਏਫ੍ਰੈਂਡ ਤਾਂ ਨਹੀਂ ਹੈਗਾ। ਪਾਣੀ ਪਿਲਾ ਦੇਣਗੇ ਅਗਲੇ? ਨਹੀਂ ਮੈਮ, ਪਾਣੀ ਪੀਣਾ ਹੀ ਨਹੀਂ। ਜੂਸ ਮੰਗਾ ਦੋ, ਪਾਣੀ ਪੀਣਾ ਮਨਾ ਅੱਜ। ਸ਼ਾਬਾਸ਼ ਤੇਰੇ। ਫੇਰ ਕੀ ਸੋਚਿਆ ਕਰਵਾ ਚੌਥ ਤੇ? ਲੈ ਲਿਆ ਸੂਟ ਵਧੀਆ ਜਿਹਾ? ਨਹੀਂ ਮੈਮ, ਪੁਰਾਣਾ ਹੀ ਸਾੜਨਾ। ਅੱਛਾ, ਪੁਰਾਣਾ ਸੂਟ ਕਿਉਂ ਸਾੜ ਦੇਣਾ? ਬੁਆਏਫ੍ਰੈਂਡ ਵੀ ਪੁਰਾਣਾ ਹੀ ਆ ਨਾ। ਅੱਛਾ 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 ਅੱਛਾ, ਤੇ ਸੂਟ ਤੇ ਗੁੱਸਾ ਲਾਉਣ ਦੀ ਕੀ ਲੋੜ ਦਿੰਦਾ ਸਾਦੋਗੀ? ਨਹੀਂ ਮੈਮ, ਸੂਟ ਤੇ ਕਾਹਦਾ ਗੁੱਸਾ ਲਾਉਣਾ? ਤੂੰ ਆਪੇ ਕਿਹਾ ਸੂਟ ਸਾੜ ਦੇਣਾ। ਨਹੀਂ, ਉਹਦੇ ਨਾਲ ਹੀ ਸਾਰ ਲੈਣਾ ਮੈਂ। ਸਾਰ ਲੈ? ਅੱਛਾ ਅੱਛਾ ਅੱਛਾ, ਸਾਰ ਲੈਣਾ ਸੂਟ ਨਾਲ ਹੀ ਸਾਰ ਲੈਣਾ। ਆਈ ਕੈਨ ਡੂ ਦ ਡਿਜ਼ਰਵ ਵਰਕ। ਹਾਂ, ਡਿਜ਼ਰਵ ਵਰਕ। ਅੱਛਾ, ਡਿਜ਼ਰਵ ਵਰਕ, ਵੈਰੀ ਨਾਈਸ। ਤੇ ਆ ਝੁਮਕੇ ਜਾਂ ਕੇ ਬਦਲੇਂਗੀ ਕਿ ਇਹਨਾਂ ਨਾਲ ਹੀ ਵੀ ਸਾਰ ਹੀ ਲੈਣਾ? ਨਹੀਂ ਮੈਮ, ਝੁਮਕੇ ਤਾਂ ਹੈਗੇ, ਨਵੇਂ ਮੰਗਵਾ ਕੇ ਰੱਖੇ ਆ। ਓਏ ਹੋਏ ਹੋਏ, ਇਹ ਤੇ ਇੱਥੇ ਦਰਸ਼ਕਾਂ ਨੂੰ ਪਾ ਕੇ ਵਿਖਾ ਦੀ, ਦਰਸ਼ਕ ਤੈਨੂੰ ਕਹਿੰਦੇ ਰਹਿੰਦੇ ਆ। ਹਾਂਜੀ ਮੈਮ, ਹਜੇ ਆਰਡਰ ਨਹੀਂ ਕੀਤੇ ਮੇਰੇ ਜਿਹੜੇ ਸਾਸੂ ਮਾਂ ਹੈਗੇ ਨਾ, ਜੇ ਹੁਣ ਉਹਨਾਂ ਨੂੰ ਕਹਿ ਦਵਾਂ ਕੱਲ ਪਰਸੋਂ 100-150 ਮੈਨੂੰ ਉਹਨਾਂ ਨੇ ਉਹ ਝੁਮਕੇ ਭੇਜ ਦੇਣੇ। ਹੁਣੇ ਤੇਰਾ ਬੁਆਏਫ੍ਰੈਂਡ ਨਹੀਂ ਸੀਗਾ, ਹੁਣੇ ਤੇਰੀ ਸਾਸੂ ਮਾਂ। ਨਹੀਂ, ਰਿਸ਼ਤਾ ਤਾਂ ਪੱਕਾ ਹੋ ਗਿਆ ਨਾ ਕਿਤੇ, ਉੱਥੇ ਤਾਂ ਵਿਆਹ ਹੋਣਾ ਮੇਰਾ। ਅੱਛਾ ਅੱਛਾ, ਰਿਸ਼ਤਾ ਪੱਕਾ ਹੋ ਗਿਆ? ਹਾਂਜੀ, ਪਰ ਬੁਆਏਫ੍ਰੈਂਡ ਨਹੀਂ ਹੈਗਾ ਮੈਮ ਕੋਈ। ਜਿਹਦੇ ਨਾਲ ਰਿਸ਼ਤਾ ਪੱਕਾ ਹੋਇਆ ਉਹ ਤੇਰਾ ਬੁਆਏਫ੍ਰੈਂਡ ਨਹੀਂ ਹੋਇਆ ਤੇ ਫਿਰ ਕੀ ਹੋਇਆ? ਨਹੀਂ, ਉਹ ਤੇ ਹਸਬੈਂਡ ਆ ਨਾ ਮੈਮ। ਹਸਬੈਂਡ ਹੋਰ ਚੀਜ਼ ਤਾਂ ਦੱਸੋ ਮੈਮ, ਤੁਹਾਨੂੰ ਕੁੜੀ ਹੋ ਕੇ ਨਹੀਂ ਪਤਾ, ਤੇ ਮੈਨੂੰ ਕੁੜੀ ਨਾ ਹੁੰਦੇ ਵੀ ਸਾਰਾ ਕੁਛ ਪਤਾ ਕਿੱਦਾਂ। ਕਹਿਣ ਦਾ ਮਤਲਬ ਇਹ ਆ ਕਿ ਜਿਹੜਾ ਜਿਹਨਾਂ ਤੇਰਾ ਰਿਸ਼ਤਾ ਹੋਇਆ ਓਬਵੀਅਸਲੀ ਉਹਨੂੰ ਤੂੰ ਆਪਣਾ ਬੁਆਏਫ੍ਰੈਂਡ ਮੰਨੇਗੀ ਕਿ? ਉਹ ਤੇ ਮੈਮ ਹਸਬੈਂਡ ਆ ਨਾ, ਪਤੀ ਦੇ ਜਿਹਨੂੰ ਆਪਾਂ ਕਰਵਾ ਚੌਥ ਵਾਲੇ ਦੇਖਦੇ ਹਾਂ ਦਿਨ, ਤੇ ਇੱਕ ਹੁੰਦਾ ਬੁਆਏਫ੍ਰੈਂਡ ਜਿਹਦਾ ਜਿਹਨੂੰ ਭੁਲੇਖਾ ਪਾਉਂਦੇ ਆ, ਤੇ ਹਸਬੈਂਡ ਨੂੰ ਭੁਲੇਖਾ ਪਾ ਕੇ ਜਿਹਨੂੰ ਆਪਾਂ ਦੇਖਦੇ ਹੁੰਦੇ ਆ। ਮੇਰਾ ਬੁਆਏਫ੍ਰੈਂਡ ਨਾਲ ਦੇ ਕੋਠੇ ਤੇ ਰਹਿੰਦਾ ਸੀ ਨਾ, ਮੈਂ ਹਸਬੈਂਡ ਨੂੰ ਮਤਲਬ ਦੇਖਣ ਦੇ ਭੁਲੇਖੇ ਉਹਨੂੰ ਦੇਖ ਲੈਂਦੇ ਹੁੰਦੇ ਸੀ। ਤੂੰ ਬਹੁਤ ਗਲਤ ਜਾ ਰਹੀ ਹੈ, ਬਹੁਤ ਗਲਤ ਜਾ ਰਹੀ ਹੈ, ਜਿਵੇਂ ਕਿ ਤੁਸੀਂ ਸਾਰੇ ਦੇਖ ਰਹੇ ਹੋ ਕਿ ਇਹਨੂੰ ਸਮਝ ਨਹੀਂ ਆ ਰਹੀ ਕਿ ਜਿਹੜਾ ਹਸਬੈਂਡ ਬਣਨ ਵਾਲਾ ਉਹਨੂੰ ਤੂੰ ਬੁਆਏਫ੍ਰੈਂਡ ਵੀ ਬਣਾ ਸਕਦੀ ਹੈ, ਕੋਈ ਚੱਕਰ ਨਹੀਂ ਹੈ ਉਹੋ ਜਿਹਾ। ਨਹੀਂ, ਉਹ ਬੁਆਏਫ੍ਰੈਂਡ ਮੈਮ ਉਹ ਕਿਸੇ ਹੋਰ ਦਾ ਬੁਆਏਫ੍ਰੈਂਡ ਆ, ਹਸਬੈਂਡ ਮੇਰਾ ਹੈ ਉਹ। ਅੱਛਾ, ਹਾਂਜੀ। ਤੇ ਫਿਰ ਹੁਣ ਕੀ ਸੋਚਿਆ? ਸੋਚਿਆ ਕਿ ਮੈਮ ਉਹ ਤੇ ਬੁਆਏਫ੍ਰੈਂਡ ਕਿਸੇ ਹੋਰ ਦਾ, ਤੇ ਮੈਂ ਕੋਈ ਹੋਰ ਬੁਆਏਫ੍ਰੈਂਡ ਲੱਭ ਲੈਂਦੀ ਹਾਂ ਫਿਰ। ਅੱਛਾ, ਹਾਂਜੀ। ਤੇ ਹਸਬੈਂਡ ਹਸਬੈਂਡ ਜਿਹੜੇ ਹੋਣਗੇ ਹਸਬੈਂਡ ਰਹਿਣਗੇ। ਅੱਛਾ, ਤੇ ਬੁਆਏਫ੍ਰੈਂਡ ਵੱਖਰਾ ਰਹੂੰਗਾ। ਹੱਸ ਹੱਸ ਕੇ ਜਿਹਦਾ ਬੈਂਡ ਵਜਾਏਗੀ ਉਹ ਹਸਬੈਂਡ ਹੋਊਗਾ। ਨਹੀਂ ਮੈਮ, ਮੈਂ ਰੋਗਾ ਬਿਤਾ ਬਜਾਲਾ ਕਰੂੰਗੀ। ਅੱਛਾ, ਤੇ ਰੋਗਾ ਕੌਣ ਹੋ ਜਾਂ ਤੂੰ? ਮੈਮ ਮੈਂ ਤਾਂ ਹੱਸਿਆ ਕਰੂੰਗੀ, ਰੋਣਾ ਹੁਣ ਬਾਅਦ 'ਚ ਪਤਾ ਲੱਗਣਾ ਕਿਹਨੇ। ਕਿਆ ਬਾਤ ਹੈ। ਅੱਛਾ ਲਵ ਯੂ, ਵੈਸੇ ਤੂੰ ਕੀ ਕਿੱਦਾਂ ਤਿਆਰੀ ਕਿੱਦਾਂ ਕਰਨੀ? ਸਵੇਰੇ ਕਿੰਨੇ ਕੁ ਵਜੇ ਉੱਠ ਜਾਏਗੀ, ਕੀ ਕੀ ਕਰੇਂਗੀ ਇਹ ਤਾਂ ਦੱਸ ਦੇ। ਸਵੇਰੇ ਮੈਮ ਮੈਨੂੰ ਹੁਣ ਜਲਦੀ ਉੱਠਣ ਦੀ ਆਦਤ ਆ। ਅੱਛਾ, ਆਰਾਮ ਨਾਲ 11:30 ਵਜੇ ਤੱਕ ਤਾਂ ਮੈਂ ਉੱਠ ਜਾਇਆ ਕਰੂੰਗੀ ਉਸ ਦਿਨ ਵੀ। ਹਾਏ ਮੈਮ, ਰੋਜ਼ ਜੇ 11:30 ਵਜੇ ਉੱਠਦੀ ਹਾਂ ਮੈਂ ਤਾਂ। ਨਹੀਂ ਪਰ ਓਬਵੀਅਸਲੀ ਕਰਵਾ ਚੌਥ ਆ, ਕੁਛ ਤਾਂ ਨਵਾਂ ਕਰੇਂਗੀ ਮੈਮ। ਮੈਂ ਨਾ ਸਵੇਰੇ, ਅੱਛਾ ਕਰਵਾ ਚੌਥ ਵਾਲੇ ਦਿਨ ਦੀ ਗੱਲ ਕਰ ਰਹੇ ਤੁਸੀਂ? ਹਾਂਜੀ ਮੈਮ, ਸਭ ਤੋਂ ਪਹਿਲਾਂ ਤਾਂ ਮੈਂ ਸਾਰੀ ਰਾਤ ਖਾਣਾ ਦੱਬ ਕੇ, ਕਿਉਂਕਿ ਅਗਲੇ ਦਿਨ ਵਰਤੀ ਰੱਖਣਾ। ਸਵੇਰੇ 4 ਵਜੇ ਤੱਕ ਸਾਰਾ ਕੁਛ ਖਾ ਖੋ ਕੇ ਸਾਡਾ ਦਿਨ ਸਟਾਰਟ ਹੁੰਦਾ ਮੈਮ 6 ਵਜੇ ਤੋਂ ਬਾਅਦ। ਅੱਛਾ, ਤੇ 6 ਵਜੇ ਤੋਂ ਬਾਅਦ ਭੁੱਖੀ ਰਹਿਣਾ ਮੈਮ। ਅੱਛਾ, ਫਿਰ ਮੈਮ ਉਹ ਮੰਗਵਾ ਲਏ ਹੋਇਆ ਵਰਤ ਵਾਲੇ ਜਿਹੜੇ ਪਾਪੜ ਹੁੰਦੇ ਉਹ ਵੀ ਮੰਗਵਾ ਲਏ ਹੋਇਆ, ਵਰਤ ਵਾਲੇ ਲੇਸ ਵੀ ਮੰਗਵਾ ਲਿਆ, ਵਰਤ ਵਾਲੇ ਫਰੂਟ ਚਾਟ ਮੰਗਵਾ ਕੇ ਰੱਖਿਆ ਆਲਰੇਡੀ, ਤੇ ਉਹ ਸਾਰਾ ਦਿਨ ਬਸ ਉਹ ਖਾਣਾ, ਬਾਕੀ ਕੁਛ ਨਹੀਂ ਖਾਣਾ। ਕੁਛ ਨਹੀਂ ਖਾਣਾ ਹੋਰ? ਭੁੱਖੇ ਰਹਿਣਾ ਮਤਲਬ ਇਹਨਾਂ ਦੇ ਕਰ ਸਕਦੇ ਆਪਾਂ ਕਿਸੇ ਵਾਸਤੇ? ਇੰਨਾ ਜ਼ਿਆਦਾ ਪਿਆਰ ਕਿਹਨਾਂ ਕਰਦੀ ਆ? ਕੌਣ ਇਹੋ ਜਿਹਾ ਬਦਕਿਸ ਮਤਲਬ ਕਿਸਮਤ ਵਾਲਾ ਹੈ ਜਿਹਦੇ ਲਈ ਤੂੰ ਇਹੋ ਜਿਹਾ ਕਰੇਂਗੀ ਕਰਵਾ ਚੌਥ? ਨਹੀਂ, ਜਿਹੜਾ ਇੱਕ ਬੁਆਏਫ੍ਰੈਂਡ ਹੈਗਾ ਨਾ ਜੀ ਮੈਮ, ਉਹਨੇ ਸਾਰਾ ਕੁਛ ਲਾ ਕੇ ਦਿੱਤਾ। ਅੱਛਾ, ਉਹਦੇ ਲਈ ਵਰਤ ਲਿਆ ਵਰਤ ਰੱਖ ਰਹੀ? ਅੱਛਾ, ਉਹ ਵਿਚਾਰੇ ਲਈ ਵਰਤ ਰੱਖ ਰਹੀ? ਨਹੀਂ, ਵਿਚਾਰਾ ਨਹੀਂ ਹੈਗਾ ਮੈਮ। ਹਾਂ, ਉਹ ਬੜਾ ਮੈਮ ਸੋਹਣਾ ਸਮਾਰਟ ਜਿਹਾ ਮੁੰਡਾ, ਵਿਚਾਰਾ ਤੈਨੂੰ ਕਹਿ ਨਹੀਂ ਸਕਦੇ। ਅੱਛਾ 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 ਅੱਛਾ, ਇੱਕ ਦਿਨ ਕਿੱਦਾਂ ਉਹਨੂੰ ਮਿਲ ਗਈ ਮਤਲਬ? ਮੈਮ ਉਹ ਫਿਰ ਮੈਂ ਵੀ ਵਿਚਾਰੀ ਸੀਗੀ ਨਾ, ਮੈਂ ਵਿਚਾਰੀ ਸੀਗੀ, ਉਹ ਫਿਰ ਉਹਨੇ ਮਤਲਬ ਉਹ ਹੋ ਗਿਆ ਕਿ ਹਾਂ ਯਾਰ ਬੜੀ ਚ ਵਿਚਾਰੀ ਦੇ ਨਾਲ ਕੋਈ ਮੁੰਡਾ ਨਹੀਂ ਹੈਗਾ ਫਸਿਆ ਹੋਇਆ, ਤੇ ਚਲੋ ਫਿਰ ਉਹ ਤਾਂ ਵਿਚਾਰਾ ਨਹੀਂ ਸੀਗਾ, ਉਹਦੇ ਨਾਲ ਤਾਂ ਕਿੰਨੇ ਮੁੰਡੇ ਸੀਗੇ ਫਸੇ, ਉਹਨੂੰ ਨਹੀਂ ਕਹਿ ਸਕਦੇ ਵਿਚਾਰੇ ਨਾਲ ਕਿੰਨੇ ਮੁੰਡੇ ਫਸੇ ਆ। ਮੁੰਡੇ ਉਹ ਹੈ ਨਾ, ਇੱਦਾਂ ਹੀ ਆ, ਉਹ ਮੁੰਡੇ ਦੋਸਤ ਹੈ ਨਾ ਉਹਦੇ ਫਰੈਂਡਸ। ਅੱਛਾ ਅੱਛਾ, ਤੁਸੀਂ ਗਲਤ ਸੋਚ ਲੈਂਦੇ ਹੋ ਦੱਸੋ।
ਲਵ ਯੂ ਤੇਰੀਆਂ ਗੱਲਾਂ ਇੰਨੀਆਂ ਗਲਤ ਹੁੰਦੀਆਂ, ਕੋਈ ਵੀ ਕੁਛ ਵੀ ਸੋਚ ਸਕਦਾ ਹੈ। ਤੂੰ ਕਦੀ ਵੀ ਸਿੱਧੀ ਗੱਲ ਕਰਦੀ ਨਹੀਂ ਹੈ, ਤੂੰ ਗੱਲ ਨੂੰ ਇੰਨਾ ਜ਼ਿਆਦਾ ਘੁਮਾ ਕੇ ਕਰਦੀ ਹੈ ਵੀ ਸਮਝ ਨਹੀਂ ਆਉਂਦੀ ਵੀ ਤੂੰ ਕਰ ਕੀ ਰਹੀ ਹੈ, ਚਾਹੁੰਦੀ ਕੀ ਹੈ ਅਤੇ ਕਿਉਂ ਕਰ ਰਹੀ ਹੈ ਇਹ ਚੀਜ਼। ਹੁਣ ਤੈਨੂੰ ਤੂੰ ਮੈਨੂੰ ਦੱਸ ਦਿੱਤਾ ਵੀ ਤੂੰ ਕਰਵਾ ਚੌਥ ਕਿੱਦਾਂ ਸੈਲੀਬ੍ਰੇਟ ਕਰਨਾ, ਹੁਣ ਅਸੀਂ ਦਰਸ਼ਕਾਂ ਨੂੰ ਵੀ ਪੁੱਛਾਂਗੇ ਕਿ ਉਹਨਾਂ ਨੇ ਕਰਵਾ ਚੌਥ ਕਿਸ ਤਰ੍ਹਾਂ ਔਰ ਕਿਹਦੇ ਲਈ ਰੱਖਿਆ, ਔਰ ਕੌਣ ਹੈ ਉਹ ਕਿਸਮਤ ਵਾਲਾ ਜਿਹਦੇ ਲਈ ਉਹ ਵਰਤ ਰੱਖਣ ਰੱਖਣਾ ਚਾਹੁੰਦੇ ਨੇ। ਔਰ ਮੈਨੂੰ ਲੱਗਦਾ ਕਈ ਮੁੰਡਿਆਂ ਨੇ ਵੀ ਰੱਖੇ ਹੋਣੇ। ਮੈਂ ਵੀ ਹੁਣ ਮੈਮ ਰੱਖੂੰਗੀ, ਹਾਂ ਮਤਲਬ ਕਿਸੇ ਵਾਸਤੇ ਤਾਂ ਰੱਖਣਾ ਪੈਣਾ ਮੈਨੂੰ ਵੀ। ਓਬਵੀਅਸਲੀ ਤੂੰ ਕਿਸੇ ਮੁੰਡੇ ਲਈ ਰੱਖੇਗੀ, ਪਰ ਕਈ ਮੁੰਡੇ ਵੀ ਕੁੜੀਆਂ ਲਈ ਰੱਖਣਗੇ ਨਾ। ਉਹ ਦੋਨੇ ਹੋਏ ਨੇ ਕੰਮ ਕਰਕੇ ਮੇਰੇ ਲਈ, ਤੇਰਾ ਤੇ ਬੰਦਾ ਵੀ ਹੈ। ਐਨੀਵੇਜ਼ ਮੈਂ ਹੁਣ ਇੱਕ ਗੱਲ ਪੁੱਛਣਾ ਚਾਹੁੰਦੀ ਹਾਂ ਵੀ ਤੂੰ ਕਰਵਾ ਚੌਥ ਲਈ ਤਾਂ ਤਿਆਰੀ ਕਰ ਲਈ? ਬਿਲਕੁਲ ਕੀਤੀ। ਮਹਿੰਦੀ ਮੁੰਦੀ ਦਾ ਕੀ ਸੀ ਨਾ? ਮੈਂ ਮੁੰਦੀ ਦਾ ਤਾਂ ਨਹੀਂ, ਮੈਂ ਮੁੰਦੀ ਪਾਈ ਹੋਈ ਮੰਮੀ ਨੇ ਦਿੱਤੀ ਸੀ, ਅਤੇ ਮਹਿੰਦੀ ਜਿਹੜੀ ਹੈਗੀ ਮੁੰਦੀ ਦੇ ਉੱਤੇ ਲਵਾ ਲੈਣੀ ਆ। ਮਹਿੰਦੀ ਦਾ ਕੀ ਸੀ ਨਾ? ਮਹਿੰਦੀ ਦਾ ਮੈਮ ਵਧੀਆ ਸੀਨ ਆ ਮੈਮ, ਬੜਾ ਵਧੀਆ ਸੀਨ ਹੁੰਦਾ, ਮੈਂ ਦੇਖਿਆ ਉਹ ਲਗਾਉਂਦੇ ਹੁੰਦੇ, ਬੜਾ ਵਧੀਆ ਸੀਨ ਦੇਖਣ ਨੂੰ ਤਾਂ ਮੈਨੂੰ ਇੰਨਾ ਵਧੀਆ ਸੀਨ ਲੱਗਦਾ ਨਾ ਮਹਿੰਦੀ ਵਾਲਾ। ਪੁੱਛੋ ਕੁਛ ਨਾ ਤੁਸੀਂ। ਓਹੋ, ਉਹ ਲਗਵਾਉਣੀ ਕਦੋਂ ਆ, ਕਿੱਦਾਂ ਦੀ ਲਗਵਾਉਣਾ ਚਾਹੁੰਦੀ ਹੈ? ਮੈਮ ਉਹਦੇ ਉੱਤੇ ਨਾਂ ਲਿਖਾਉਣਾ ਮੈਂ, ਮਤਲਬ ਕਿ ਆਪਣੇ ਬੁਆਏਫ੍ਰੈਂਡ ਦਾ। ਪਰ ਮੈਮ 3000 ਬੁਆਏਫ੍ਰੈਂਡ ਦੇ ਨਾਮ ਕਿੱਦਾਂ ਹੱਥ ਦੇ ਉੱਤੇ ਐਡਜਸਟ ਹੋਣਗੇ, ਤੁਸੀਂ ਆਪ ਸੋਚੋ। ਨਹੀਂ ਨਹੀਂ ਹੋ ਜਾਣੇ ਬੜੇ ਆਰਾਮ ਨਾਲ, ਤੂੰ 15 ਲਿਖਾ ਲੈਣੀ, ਮੈਂ ਕਹਿੰਦਾ ਤੁਹਾਡਾ ਹੈ ਮੇਰਾ ਤੁਹਾਡਾ ਇਦਾਂ ਕਰਨਾ। ਕਮਾਲ ਦਾ ਦਿਮਾਗ ਚੱਲਦਾ ਹੈ, ਵਾਹ ਵਾਹ ਵਾਹ। ਉਹੀ ਹੈ ਨਾ, 15 ਅੰਦਰ ਲਿਖਵਾ ਲਈ, 15 ਅੰਦਰ ਲਿਖਵਾ ਲਈ, 1500। ਹਾਂਜੀ ਹਾਂਜੀ ਮੈਮ, ਹੈ ਨਾ, ਤਾਂ ਵੀ ਕੰਮ ਚੱਲ ਜਾਏਗਾ ਵਧੀਆ ਤਰੀਕੇ ਦੇ ਨਾਲ। ਹਾਂਜੀ ਪਾਲੀ ਜੀ ਦੇ ਆਇਆ ਕੋਈ ਫੋਨ? ਪਾਲੀ ਸਰ ਦੇ ਮੈਮ ਹਜੇ ਤੱਕ ਤਾਂ ਕੋਈ ਫੋਨ ਨਹੀਂ ਆਇਆ, ਪਤਾ ਨਹੀਂ ਇੰਨੇ ਦਿਨ ਹੋ ਗਏ ਮੈਮ, ਅੱਗੇ ਉਹਨਾਂ ਦੀ ਡਿਊਟੀ ਇੰਨੇ ਦਿਨ ਕਦੇ ਵੀ ਨਹੀਂ ਲੱਗੀ। ਮੈਨੂੰ ਤਾਂ ਡਰ ਲੱਗਣ ਲੱਗ ਪਿਆ ਮੈਮ। ਡਰ ਵੈਸੇ ਮੈਨੂੰ ਡਰ ਤਾਂ ਨਹੀਂ ਲੱਗ ਰਿਹਾ, ਪਰ ਮੈਨੂੰ ਹਾਂ ਥੋੜ੍ਹਾ ਜਿਹਾ ਹੋ ਰਿਹਾ ਵੀ ਕਿਤੇ ਮੇਰੀ ਡਿਊਟੀ ਐਕਸਟੈਂਡ ਨਾ ਹੋ ਜਾਵੇ। ਐਕਸਟੈਂਡ ਮੈਮ ਕੀ ਹੁੰਦਾ? ਮਤਲਬ ਡਿਊਟੀ ਆਹੋ ਨਾ ਹੋ ਜਾਵੇ। ਆਓ ਜੀ ਆਪਾਂ ਪਹੁੰਚ ਚੁੱਕੇ ਹਾਂ ਮਜਾਕਪੁਰ ਥਾਣੇ ਦੇ ਵਿੱਚ, ਜਲਦੀ ਆਓ, ਜਲਦੀ ਕੈਮਰਾਮੈਨ ਜੀ ਜਲਦੀ ਆਓ। ਹੈਲੋ, ਆਪਾਂ ਗੱਲਬਾਤ ਕਰਦੇ ਹਾਂ ਜੀ ਮਜਾਕਪੁਰ ਥਾਣੇ ਦੇ ਵਿੱਚ ਆ ਕੇ, ਤੇ ਸਾਡੇ ਕੋਲ ਨੇ ਬਲਵੀਰੋ ਭੈਣ ਜੀ, ਤੇ ਉਹ ਉਹਨਾਂ ਨੂੰ ਪੁੱਛਦੇ ਭੈਣ ਜੀ ਕੀ ਨਾਮ ਆ ਤੁਹਾਡਾ? ਓ ਹੈਲੋ, ਪਿੱਛੇ ਕਰ ਪਹਿਲਾਂ। ਹਾਂ ਹਾਂਜੀ ਭੈਣ ਜੀ, ਕਿਹੜੇ ਹੈਲੋ? ਭੈਣ ਜੀ ਦਾ ਨਾਮ ਬਹੁਤ ਵਧੀਆ ਹੈਲੋ, ਜਦੋਂ ਵੀ ਆਪਾਂ ਕੋਈ ਫੋਨ ਬੰਦਾ ਕਰਦਾ ਉਦੋਂ ਤੁਰੰਤ ਸਾਨੂੰ ਹੈਲੋ ਕਹਿਣਾ ਪੈਂਦਾ, ਤੇ ਹੈਲੋ ਸਾਨੂੰ ਬਹੁਤ ਵਧੀਆ ਲੱਗਦਾ। ਇੱਕ ਮਿੰਟ ਰੁਕ ਜਾਓ, ਤੁਹਾਡੇ ਕੈਮਰਾਮੈਨ ਦਾ ਫਰੇਮ ਨਹੀਂ ਸਹੀ ਬਣ ਰਿਹਾ। ਬਣ ਗਿਆ ਬਣ ਗਿਆ, ਓਕੇ। ਇਹਦੇ ਤੇ ਡੀਫੋਕਸ ਕਰ। ਕਰਤਾ ਡੀਫੋਕਸ, ਡਾਊਨ ਕੈਮਰੇ ਤੋਂ ਕੋਈ ਗੱਲ ਨਹੀਂ ਹੋਏਗੀ, ਕੈਮਰਾ ਸਿੱਧਾ ਹੋ ਗਿਆ। ਕਿਹਨੇ ਸਿਖਾਇਆ ਉਦਾਂ ਕਹਿਣਾ? ਲੋ ਬਰਾਬਰੀ ਚ ਆ ਗਏ ਜੀ, ਬਰਾਬਰੀ ਚ। ਅੱਛਾ ਹਾਂਜੀ, ਕੌਣ ਹੋ, ਕਿੱਧਰ ਹੋ? ਸਾਨੂੰ ਪਤਾ ਲੱਗਾ ਕਿ ਪਾਲੀ ਜੀ ਨੂੰ ਚੱਕ ਲਿਆ ਗਿਆ। ਅੱਛਾ ਪਾਲੀ ਜੀ ਨੂੰ ਚੱਕ ਲਿਆ ਗਿਆ ਜੀ? ਹਾਂ। ਅੱਛਾ ਪਾਲੀ ਜੀ ਨੂੰ ਚੱਕ ਲਿਆ ਗਿਆ? ਹਾਂਜੀ ਪਾਲੀ ਜੀ ਨੂੰ ਚੱਕ ਲਿਆ ਗਿਆ। ਤੇ ਵਧੀਆ ਗੱਲ, ਉਹਨੂੰ ਚੱਕ ਲਿਆ ਕੇ ਰੱਖ ਦੋ ਫਿਰ ਉਹਨਾਂ ਨੂੰ। ਓਬਵੀਅਸਲੀ ਕਦੇ ਚੁੱਕਿਆ ਨਹੀਂ ਹੋਣਾ, ਬਚਪਨ 'ਚ ਚੱਕਿਆ ਹੋਣਾ ਜਿਹਨਾਂ ਨੂੰ। ਜੋ ਬੋਲਣਾ ਮੈਂ ਚ ਬੋਲੋ। ਅੱਛਾ ਬਚਪਨ 'ਚ ਚੱਕਿਆ ਹੋਣਾ ਉਹਨਾਂ ਨੂੰ, ਕਦੀ ਵੀ ਕਿਸੇ ਨੇ ਹੁਣ ਚੱਕਿਆ ਉਹਨਾਂ ਨੂੰ ਚੰਗਾ ਲੱਗਦਾ? ਕੀ ਸਾਨੂੰ ਉਸ ਦਾਈ ਦਾ ਨੰਬਰ ਨਹੀਂ ਮਿਲ ਸਕਦਾ, ਦਾਈ ਦਾ ਨਾਮ ਪਤਾ ਲੱਗ ਸਕਦਾ? ਦਾਈ ਪਤਾ ਤਾਂ ਨਹੀਂ ਆ, ਪਰ ਜਿਹਨੇ ਵੀ ਦਾ ਲਾਇਆ ਚੰਗਾ ਹੀ ਲਾਇਆ। ਨਹੀਂ ਨਹੀਂ, ਦਾਈ ਦਾ ਜਿਹਨਾਂ ਨੇ ਉਹਨਾਂ ਨੂੰ ਜਨਮ ਦਿੱਤਾ। ਉਹ ਤਾਂ ਮੈਂ ਦੱਸ ਦਾਂਗੀ, ਪਹਿਲਾਂ ਆਪਣਾ ਦੱਸੋ ਤੁਸੀਂ ਕੌਣ ਹੋ, ਕਿੱਥੋਂ? ਮੈਂ ਜੀ ਮਤਲਬੀ ਕੈਮਰਾਮੈਨ ਦੇ ਨਾਲ। ਸ਼ਕਲ ਸਿੰਘ? ਕੈਮਰਾਮੈਨ ਦਾ ਨਾਮ ਦੱਸ। ਜੋਨਾਟਨ। ਹਾਂ। ਓਏ ਜੋਨ, ਅਦਰ ਕਰੋ ਕੈਮਰਾ, ਅਦਰ ਕਰ। ਤੁਸੀਂ ਪਛਾਣਿਆ ਨਹੀਂ ਜੀ? ਸਤਿ ਸ੍ਰੀ ਅਕਾਲ। ਅਦਰ ਅਦਰ ਅਦਰ, ਇੱਕ ਮਿੰਟ ਰੋਕ ਦੀ। ਮਿੰਨੀ ਕੈਮਰਾਮੈਨ। ਸਟਾਪ। ਓ ਹੈਲੋ ਹੈਲੋ, ਤੂੰ ਅਦਰ ਕਿੱਧਰ? ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਤੂੰ ਇਹਨਾਂ ਦੇ ਨਾਲ ਕਿੱਧਰ? ਮੈਂ ਨੌਕਰੀ ਲੱਗ ਗਈ ਜੀ। ਕਿਹੜੀ ਨੌਕਰੀ? ਕੈਮਰਾਮੈਨ ਦੀ। ਅੱਛਾ, ਆ ਰਿਪੋਰਟਰ ਲੱਗ ਗਿਆ ਜੀ ਨਾਲ। ਓਏ ਮੇਰੀ ਗੱਲ ਸੁਣ, ਛੋਟੇ ਕੈਮਰੇ ਦੇ ਲੈਂਸ ਵਰਗੀ ਸ਼ਕਲ ਤੇਰੀ ਤੇ ਕੈਮਰਾਮੈਨ ਤੂੰ ਜਿਹੜਾ ਲੱਗ ਗਿਆ, ਇਹਨੂੰ ਕਿਉਂ ਨਾਲ ਰੱਖਿਆ? ਔਰ ਮੇਰੀ ਗੱਲ ਸੁਣ, ਤੁਸੀਂ ਥਾਣੇ ਦੇ ਅੰਦਰ ਕਿੱਦਾਂ ਆ ਗਏ ਫਟਾਫਟ ਏਦਾਂ? ਮੈਂ ਜੀ ਅਸੀਂ ਦਰਵਾਜ਼ੇ ਤੇ ਆਏ, ਥਾਣੇ ਦੇ ਆਏ ਆ। ਤੇ ਤੁਹਾਨੂੰ ਕਿਸੇ ਨੇ ਧੱਕੇ ਮਾਰ ਕੇ ਕੱਢਿਆ ਨਹੀਂ ਬਾਹਰ? ਰਿਪੋਰਟਰ ਆ ਜੀ, ਰਿਪੋਰਟਰ ਕਿਧਰੇ ਵੀ ਵੜ ਸਕਦਾ ਜੀ। ਅੱਛਾ ਰਿਪੋਰਟਰ ਆ, ਮੇਰੀ ਗੱਲ ਸੁਣ ਲਾ, ਕੈਮਰਾ ਮੇਰੇ ਵੱਲ ਮਾਰ ਰਿਹਾ ਤੇਰਾ। ਮੈਂ ਤੁਹਾਨੂੰ ਹਿੱਟ ਕਰ ਦੂੰਗਾ ਜੀ। ਉਧਰ ਥੋੜੀ ਜਿਹੀ ਬਦਤਮੀਜ਼ੀ ਰਿਕਾਰਡ ਕਰੀ। ਹਾਂ ਕਰ ਰਿਹਾ, ਤਾਂ ਹੀ ਖੇਟੂੰਗੀ ਸੋਸ਼ਲ ਮੀਡੀਆ ਤੇ। ਹੈਲੋ, ਹੱਥ ਅੱਗੇ ਨਹੀਂ ਕਰਨਾ, ਬਲਬੀਰੋ ਦੇ ਫੇਸ ਦੇ ਅੱਗੇ ਹੱਥ ਨਹੀਂ ਕਰਨਾ ਤੁਹਾਨੂੰ ਦੱਸਾਂ ਮੈਂ। ਹਾਂ ਥੋੜੀ ਉਧਰ, ਥੋੜੀ ਉਧਰ ਹੋ ਜਾਓ, ਬੋਲੋ। ਇੱਕ ਫਰੇਮ 'ਚ ਮੈਂ ਕਿਸੇ ਦੇ ਨਾਲ ਨਹੀਂ ਹੋ ਸਕਦੀ ਖੜੀ, ਚੱਲ ਉਧਰ ਹੋ ਥੋੜਾ। ਹਾਂ ਚਲੋ, ਕਲੋਜ਼ ਕਰ ਲਈ, ਕਲੋਜ਼ ਕਰ ਲਈ ਇਹ। ਓਏ ਤੇਰਾ ਕਲੋਜ਼ ਤੋੜ ਦੇਣਾ, ਮੈਂ ਤੁਹਾਨੂੰ ਦੱਸਾਂ। ਹਾਂਜੀ ਰਿਕਾਰਡ ਹੋ ਗਈ ਜੀ, ਇਹ ਗੱਲ ਰਿਕਾਰਡ ਹੋ ਗਈ। ਤੂੰ ਜੋ ਮਰਜ਼ੀ ਰਿਕਾਰਡ ਕਰ, ਬੋਲੋ ਕੀ ਰਿਪੋਰਟਰ ਨਾਲ ਉਹ ਬਦਸਲੂਕੀ ਕਰ ਰਿਹਾ ਹੈ। ਮਰਜ਼ੀ ਨਾਲ ਰਿਕਾਰਡ, ਜਿੰਨਾ ਮਰਜ਼ੀ ਕਲਰ ਰਿਕਾਰਡ ਕਰਨ ਤੋਂ ਬਾਅਦ ਬਾਹਰ ਵੀ ਲੈ ਕੇ ਜਾਣਾ ਹੁੰਦਾ ਡਾਟਾ। ਕੀ ਮੈਂ ਤੁਹਾਨੂੰ ਦੱਸਾਂ, ਪੁੰਡਾ ਦੀ ਖੱਕਰ ਕੀ ਕਹਿੰਦੀ? ਪੁੱਛੋ ਜੀ। ਹੈ ਪੁੰਡਾ ਦੀ ਖੱਕਰ ਕਹਿੰਦੀ ਰਿਕਾਰਡ ਕਰਕੇ ਡਾਟਾ ਬਾਹਰ ਵੀ ਲੈ ਕੇ ਜਾਣਾ। ਤੁਸੀਂ ਦੇਖ ਸਕਦੇ ਹੋ ਕਿ ਸਾਡੇ ਨਾਲ ਪੱਤਰਕਾਰ ਹੋਣ ਦੇ ਨਾਤੇ ਕਿੱਡਾ ਬੱਤਰ ਸਲੂਕ ਕੀਤਾ ਜਾਂਦਾ। ਇੱਕ ਥਾਣੇ ਦੇ ਮੁਲਾਜ਼ਮ ਆ ਬੈਠੀ ਆ ਫੋਕਸ ਕਰ। ਵੈਸੇ ਮੈਂ ਸੁਣਿਆ ਤੇ ਸਿੱਧਾ ਕਿ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ, ਬਿਨਾਂ ਬੁਰੀ ਨਜ਼ਰ ਹੋਣ ਦੇ ਬਾਵਜੂਦ ਵੀ ਮੂੰਹ ਕਾਲਾ ਹੁੰਦਾ, ਪਹਿਲੇ ਵੀ ਦੇਖਿਆ ਮੈਂ। ਅੱਛਾ ਕੀ ਨਾਮ ਤੁਹਾਡਾ? ਬਦਸੂਰਤ
जवाब जेड़ा हैगा दऊंगी जरूर पर बड़े ध्यान नाल प्यार नाल जरा फोटो जेड़ी है मनी वधिया आनी चाहिए तुहानू पता तुहानू सारा वर्ल्ड देख रहा जी कनेडा अमेरिका यूएसए जर्मनी स्पेन तो उधर दीना नगर कुथू नंगल सारे सारे बंदे देख रहे तुहानू अच्छा हां जी तो जेडी चाची ताई तुहाडी उधर रहंदी ओ भी तुहानू देख रहे बहुत वधिया फेस एक्सप्रेशन दियो जी मड़े अच्छा अच्छा सत श्री अकाल चाची की हाल चाल है अच्छा ब्याह आने वाला है ते आज तुही खींच के रखो क्योंकि बहुत सारा गिद्दा पाना है बहुत मजा करना है रिश्तेदारी बहुत ज्यादा वधिया करेंगे असि भंगड़ा गिद्दा हर चीज आ देखो असि स्पेशली बोलेंगे कैमरा बंद हां ये कोई वीडियो कॉल नहीं चलती ये रिपोर्टर है जी चलो पूछो भाई की पूछना है हां जी ते मैम तुसी आज तक कितने केस फड़े ने जवाब केस ते नहीं फड़े ता करके बंदर बहुत फड़े फिर छोड़ देते सी ते बंदर टपूसियां किन्नी लांदे एक बार ला के दिखाओ सी गिनना चाहने मैम ਤੁਹਾਡੇ ਥਾਣੇ ਦੀ ਨਾ ਕੋਸਟੇਬਲ ਕੋਸਟੇਬਲ ਬਹੁਤ ਬਦਤਮੀਜ਼ ਹੈ ਜੀ ਦੱਸੋ ਨਾ ਕਿ ਕੋਸਟੇਬਲ ਤੁਹਾਡੇ ਨੱਕ ਤੇ ਕੋਸਟੇਬਲ ਮੈਂ ਤੁਹਾਡੇ ਨੱਕ ਤੇ ਜਿਹੜੀ ਮਾਰਤੀ ਮੈਂ ਕੀ ਕੀਤਾ ਐਦਾਂ ਹੀ ਇੱਕ ਵਾਰੀ ਨਾ ਮੇਰੇ ਨਾਲ ਕੋਸਟੇਬਲ ਨੇ ਬਦਤਮੀਜ਼ੀ ਕੀਤੀ ਕਿ ਉਹਨਾਂ ਨੂੰ ਪਤਾ ਨਹੀਂ ਸੀ ਮੈਂ ਪੱਤਰਕਾਰ ਤੁਹਾਡੇ ਧਿਆਨ ਦੇ ਬਾਹਰ ਆ ਰਹੀ ਹੈ ਸ਼ਰਮਾ ਜੀ ਆ ਰਹੀ ਹੈ ਬਾਹਰ ਆ ਹਾਂ ਤੇ ਮੇਰੇ ਨਾਲ ਬਦਤਮੀਜ਼ੀ ਕੀਤੀ ਮੈਂ ਉੱਡਵਾ ਮਾਈਕ ਮਾਰਿਆ ਅੱਛਾ ਹਾਂ ਉੱਡਵਾ ਮਾਈਕ ਉੱਡਵਾ ਮਾਈਕ ਮਾਰਿਆ ਫਿਰ ਉਹਦੇ ਨਾਲ ਕੀ ਹੋਇਆ ਫਿਰ ਉਹ ਮੈਡਮ ਨੂੰ ਪਤਾ ਜੀ ਕੀ ਹੋਇਆ ਅੱਛਾ ਮਾਈਕ ਤੁਸੀਂ ਕਿਉਂ ਮਾਰਿਆ ਫਿਰ ਮੈਡਮ ਨੂੰ ਪਤਾ ਹੋਣਾ ਚਾਹੀਦਾ ਸੀਗਾ ਨਾ ਅੱਛਾ ਮੈਂ ਤੁਹਾਡੇ ਤੋਂ ਇੱਕ ਸਵਾਲ ਪੁੱਛਣਾ ਚਾਹੁੰਦਾ ਜੀ ਮੈਂ ਤੁਹਾਡਾ ਜਵਾਬ ਬਿਲਕੁਲ ਨਹੀਂ ਦੇਣਾ ਚਾਹੁੰਦੀ ਤੁਹਾਨੂੰ ਮੇਰੇ ਵੱਲੋਂ ਪਹਿਲੇ ਜਵਾਬ ਹੈ ਫਿਰ ਚੁੱਪ ਕਰਕੇ ਖੜੇ ਰਹੋ ਜੀ ਹਾਂਜੀ ਭੈਣ ਜੀ ਅਸੀਂ ਤੁਹਾਡੇ ਤੋਂ ਪੁੱਛਣਾ ਚਾਹੁੰਦੇ ਹਾਂ ਜੀ ਵੀ ਜਦੋਂ ਤੁਸੀਂ ਇੱਕ ਚੋਰ ਨੂੰ ਫੜਦੇ ਹੋ ਤੁਹਾਡੇ ਦਿਲ 'ਚ ਕੀ ਬੀਜਦੀ ਆ ਸਾਡੇ ਦਿਲ 'ਚ ਬਿਲਕੁਲ ਕੁਝ ਨਹੀਂ ਬੀਜਦੀ ਤੁਹਾਡੇ ਤੋਂ ਪੁੱਛਿਆ ਵੈਸੇ ਤੁਸੀਂ ਬਾਂਦਰ ਨਾਲ ਸੌਣ ਵਾਸਤੇ ਰੱਖਿਆ ਵਾ ਹਾਂ ਹੱਸ ਲਓ ਹਾਂਜੀ ਭੈਣ ਜੀ ਤੁਸੀਂ ਸਾਨੂੰ ਇਹ ਦੱਸੋ ਵੀ ਜਦੋਂ ਤੁਸੀਂ ਇੱਕ ਚੋਰ ਨੂੰ ਫੜਨ ਜਾਂਦੇ ਹੋ ਤੁਹਾਡੇ ਦਿਲ ਤੇ ਕੀ ਬੀਜਦੀ ਆ ਵੀ ਇਸ ਨੂੰ ਕਿੰਨਾ ਆਸਾਨ ਤਰੀਕੇ ਨਾਲ ਫੜੀਏ ਜਾਂ ਫਿਰ ਮਤਲਬ ਗੋਲੀ ਕਪੜੇ ਨਾਲ ਫੜੀਏ ਦੇਖੋ ਗੋਲੀ ਕਪੜੇ ਨਾਲ ਤੇ ਬਹੁਤ ਔਖਾ ਜਿਹਾ ਹੋ ਜਾਂਦਾ ਅਸੀਂ ਸੋਚਦੇ ਆ ਵੀ ਵਧੀਆ ਜਿਹਾ ਤਰੀਕਾ ਹੋਵੇ ਆਸਾਨ ਤਰੀਕਾ ਹੋਵੇ ਕੰਧਾ ਕੁੰਧਾ ਨਾ ਟੱਪੇ ਬਹੁਤ ਔਖਾ ਹੋ ਜਾਂਦਾ ਕਈ ਵਾਰੀ ਹੁਣ ਜਿੱਦਾਂ ਸਾਡੇ ਤੋਂ ਸੀਨੀਅਰ ਕਈ ਹੁੰਦੇ ਨੇ ਉਹ ਵਿਚਾਰੇ ਕੋਲੋਂ ਨਹੀਂ ਭੱਜਿਆ ਜਾਂਦਾ ਜਾਂ ਕੁਝ ਜੀ 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 ਸੋ ਇਸ ਕਰਕੇ ਥੋੜ੍ਹਾ ਔਖਾ ਜਿਹਾ ਹੋ ਜਾਂਦਾ ਸਾਡੀ ਚੋਰਾਂ ਨੂੰ ਵੀ ਥੋੜ੍ਹੀ ਜਿਹੀ ਰਿਕੁਐਸਟ ਹੈ ਵੀ ਪਲੀਜ਼ ਤੁਸੀਂ ਥੋੜ੍ਹਾ ਧਿਆਨ ਨਾਲ ਭੱਜਿਆ ਕਰੋ ਔਰ ਥੋੜ੍ਹਾ ਹੌਲੀ ਭੱਜਿਆ ਕਰੋ ਰਾਤ ਨੂੰ ਸਪੈਸ਼ਲੀ ਘੱਟ ਕਿਉਂਕਿ ਰੋਟੀ ਖਾਣ ਤੋਂ ਬਾਅਦ ਫਿਰ ਕਹਿੰਦੇ ਸੈਰ ਹੌਲੀ ਕਰਨੀ ਚਾਹੀਦੀ ਹੈ ਜਦੋਂ ਤੁਸੀਂ ਚੋਰ ਫੜਦੇ ਹੋ ਉਹਨਾਂ ਨੂੰ ਤੁਸੀਂ ਇਹ ਮੈਸੇਜ ਦਿੰਦੇ ਹੋ ਵੀ ਅੱਗੇ ਤੋਂ ਚੋਰੀ ਨਾ ਕਰਿਓ ਜੀ ਬਿਲਕੁਲ ਅਸੀਂ ਮੈਸੇਜ ਤੇ ਬਹੁਤ ਵਧੀਆ ਦਿੰਦੇ ਆ ਪਰ ਮੀਡੀਆ ਵਾਲੇ ਥੋੜਾ ਜਿਹਾ ਤੋੜ ਮਰੋੜ ਦਿੰਦੇ ਗੱਲ ਨੂੰ ਸੋ ਇਸ ਕਰਕੇ ਮੀਡੀਆ ਵਾਲਿਆਂ ਨੂੰ ਵੀ ਰਿਕੁਐਸਟ ਹੈ ਕਿ ਤੁਸੀਂ ਸਿੱਧੀ ਗੱਲਬਾਤ ਜਿਹੜੀ ਹੈਗੀ ਉਹ ਕਰਿਆ ਕਰੋ ਜਿਆਦਾ ਵਿੱਚ ਫਿਰਕੀਆਂ ਪਾਉਣ ਦੀ ਲੋੜ ਨਹੀਂ ਹੁੰਦੀ ਪਰ ਸਾਨੂੰ ਤਾਂ ਸੁਣਚੇ ਆਇਆ ਕਿ ਜਿਹੜੇ ਪੁਲਿਸ ਵਾਲੇ ਹੁੰਦੇ ਨੇ ਜਿਨ੍ਹਾਂ ਨੂੰ ਚੋਰ ਫੜ ਲੈਂਦੇ ਇਧਰ ਕਰ ਲਿਓ ਜਿਨ੍ਹਾਂ ਨੂੰ ਚੋਰ ਨੂੰ ਫੜਦੇ ਨੇ ਉਹਨਾਂ ਤੋਂ ਪੈਸੇ ਲੈ ਕੇ ਉਹਨਾਂ ਨੂੰ ਛੱਡ ਦਿੰਦੇ ਕੀ ਇਹ ਗੱਲ ਸੱਚ ਨਹੀਂ ਤੁਸੀਂ ਕੰਧ ਮੈਂ ਕੰਧ ਹਾਂ ਬੈਟਰੀ ਇੱਕ ਮਿੰਟ ਆਹੀ ਗੱਲ ਰਿਪੀਟ ਕਰੋ ਜੀ ਕਿਹਦੀ ਕੈਮਰੇ ਦੇ ਹੋ ਕਿ ਤੇਰੀ ਤੁਹਾਡੀ ਮੇਰੀ ਠੀਕ ਹੈ ਮਰ ਜਾਣਾ ਮੇਰੀ ਬੈਟਰੀ ਚਾਰਜ ਰਹਿੰਦੀ ਪੰਜਾਬੀਆਂ ਦੀ ਬੈਟਰੀ ਚਾਰਜ ਰਹਿੰਦੀ ਹੈ ਲੋ ਜੀ ਕਿੰਨਾ ਤੇਜ਼ ਹੋ ਗਿਆ ਜੀ ਇਦਾਂ ਇੰਨਾ ਤੇ ਤੇਜ਼ ਤਾਂ ਪੈਟਰੋਲ ਪੰਪ ਦਾ ਪੰਪ ਨਹੀਂ ਚੱਲਦਾ ਤੂੰ ਚੁੱਪ ਹੀ ਰਹਿ ਡੀਗ੍ਰੇਡ ਫਿਲਮਾਂ ਦੇ ਵਿੱਚ ਸਪੋਰਟ ਬੋਏ ਦਾ ਕੰਮ ਕਰਨ ਵਾਲਾ ਚੁੱਪ ਕਰਕੇ ਬੈਠਾ ਤਾਂ ਮੇਰੇ ਨਾਲ ਗੱਲ ਨਾ ਕਰ ਹੁਣ ਮੇਰੇ ਨਾਲ ਨਹੀਂ ਕੀਤੀ ਨਾ ਚੁੱਪ ਕਰਕੇ ਰਹਿ ਬਾਂਦਰ ਜਾਣਾ ਹੋਵੇ ਤਾਂ ਹਾਂ ਇਹ ਗੱਲ ਨਹੀਂ ਰਿਕਾਰਡ ਨਹੀਂ ਇਹ ਰਿਕਾਰਡ ਨਹੀਂ ਹੋਈ ਠੀਕ ਹੈ ਵਧੀਆ ਕੀਤਾ ਇਹ ਤੇ ਆਪਣੀ ਬੇਇੱਜ਼ਤੀ ਸੀ ਨਹੀਂ ਕੋਈ ਗੱਲ ਨਹੀਂ ਜਿੱਥੇ ਹੋਣੀ ਉੱਥੇ ਹੋ ਰਹੀ ਹੈ ਚਲੋ ਅੱਛਾ ਮੈਮ ਸਾਨੂੰ ਇਹ ਦੱਸੋ ਕਿ ਜੇ ਤੁਹਾਨੂੰ ਫੋਰਨ ਜਾਣ ਦਾ ਮੌਕਾ ਮਿਲੇ ਅੱਛਾ ਕਿਵੇਂ ਜਾਓਗੇ ਐਦਾਂ ਫੋਰਨ ਨਿਕਲ ਜਾਣਗੇ ਨਹੀਂ ਮੇਰਾ ਮਤਲਬ ਫੋਰਨ ਹਾਂ ਮੈਂ ਫੋਰਨ ਹੀ ਜਾਊਂਗੀ ਗੱਡੀ ਚਾਹੀਦੀ ਹੈ ਇਹਨੂੰ ਤਾਂ ਹਵਾਈ ਜਹਾਜ਼ ਕਹਿੰਦੇ ਫੋਰਨ ਕਹਿੰਦੇ ਨਹੀਂ ਹਾਂ ਕਈ ਚੀਜ਼ਾਂ ਨੂੰ ਲੋ ਜੀ ਤੁਸੀਂ ਬੋਲੋ ਉਧਰ ਦੀ ਆ ਜਾਓ ਕੈਮਰਾਮੈਨ ਜੁਨੇ ਜੀ ਉਧਰ ਦੀ ਆ ਜਾਓ ਇਹਨਾਂ ਨੂੰ ਫੜਾ ਦਿਓ ਸਾਰਾ ਕੁਝ ਲਓ ਜੀ ਹਾਂਜੀ ਥੈਂਕ ਯੂ ਹੈਲੋ ਇੱਕ ਮਿੰਟ ਹਾਂਜੀ ਨੇੜੇ ਉਹ ਨੱਕ ਦੇ ਵਾਲ ਆ ਰਹੇ ਸੀ ਅੱਛਾ ਅੱਛਾ ਕੋਈ ਗੱਲ ਨਹੀਂ ਉਹ ਜੂਮ ਆਊਟ ਕੱਟ ਕਰ ਦਿਓ ਨਾ ਤੁਸੀਂ ਨੱਕ ਦੇ ਵਾਲ ਆ ਗਏ ਵਿੱਚ ਹਾਂਜੀ ਬਾਅਦ ਵਿੱਚ ਮੈਂ ਤੁਹਾਨੂੰ ਤੇ ਫੜਾ ਦੂੰਗੀ ਤੁਸੀਂ ਸਾਂਭ ਕੇ ਰੱਖ ਲਓ ਹੁਣ ਹੁਣ ਤੁਹਾਡਾ ਧਿਆਨ ਤੁਸੀਂ ਹੁਣ ਤੁਹਾਡੀ ਹਾਈਟ ਥੱਲੇ ਨਾ ਤੁਹਾਡਾ ਕੋਈ ਗੱਲ ਨਹੀਂ ਕਿਆ ਬੋਲਣ ਨੂੰ ਜੋ ਉਹਨਾਂ ਨੇ ਕਿਹਾ ਉਹ ਬੋਲੋ ਤੁਸੀਂ ਹੁਣ ਥੱਲੇ ਦੇਖ ਵੀ ਨੱਕ ਦਾ ਵਾਲ ਹੀ ਸਕਦੇ ਨਾ ਆਪਣੀ ਮਰਜ਼ੀ ਨਾਲ ਬੋਲੋ ਕਿ ਜੋ ਬੋਲੂਗੀ ਥਾਣੇ ਚ ਆ ਕੇ ਇੰਨਾ ਜ਼ਿਆਦਾ ਫਰੈਂਕ ਹੋਣ ਦੀ ਲੋੜ ਨਹੀਂ ਆਪਾਂ ਰਿਪੋਰਟਰ ਆਪਾਂ ਕੁਝ ਵੀ ਕਰ ਸਕਦੇ ਆ ਜੀ ਅੱਛਾ ਤੇ ਫਿਰ ਰਿਪੋਰਟਰ ਦੇ ਸਾਹਮਣੇ ਪੁਲਿਸ ਆ ਪੁਲਿਸ ਵੀ ਕੁਝ ਵੀ ਕਰ ਸਕਦੀ ਹੈ
ਪੁਲਿਸ ਕੁਝ ਨਹੀਂ ਕਰ ਸਕਦੀ ਜੀ ਹਾਂ ਨੱਕ ਦਾ ਵਾਲ ਵੀ ਦਿਖਾ ਸਕਦੀ ਨਾਲੇ ਪੁਲਿਸ ਹਾਂ ਇੱਕ ਮੈਮ ਉਹ ਗੱਲ ਨਹੀਂ ਹੁੰਦੀ ਜਿੱਦਾਂ ਕਹਿੰਦੇ ਹੁੰਦੇ ਕਿ ਸੂਰਜ ਮੋਹਰੇ ਦੀਵਾ ਦਿਖਾਉਣਾ ਇਹ ਤਾਂ ਮੈਮ ਜਿਉਣੇ ਮੋਹਰੇ ਆਪਾਂ ਕਹਿ ਸਕਦੇ ਨੱਕ ਦਾ ਵਾਲ ਦਿਖਾਉਣਾ ਹਾਂ ਇੱਕ ਮਿੰਟ ਇਹਦਾ ਧਿਆਨ ਕੈਮਰਾ ਆਨ ਰੱਖ ਚਲੋ ਆਨ ਰੱਖੀ ਬੇਇੱਜ਼ਤੀ ਥੋੜੀ ਕਰਾਣੀ ਹੈ ਆਪਣੀ ਓਏ ਤੈਨੂੰ ਬੇਇੱਜ਼ਤੀ ਦਿਖਾਉਣ ਦੀ ਲੋੜ ਹੈ ਜਦੋਂ ਆਨ ਰੱਖ ਬੇਇੱਜ਼ਤੀ ਮੈਂ ਕਿਹਾ ਸਾਨੂੰ ਰਿਪੋਰਟ ਦਾ ਮਾਈਕ ਦਿੱਤਾ ਬਿਨਾ ਬੋਲੀ ਸੁਣੇ ਮਾਈਕ ਨਹੀਂ ਫੜਾਏਗੀ ਚੱਲ ਬੋਲੀ ਸੁਣਾ ਮਾਈਕ ਚ ਬੋਲ ਮੈਂ ਇੱਕ ਮਿੰਟ ਬੰਦਾ ਕੋਈ ਗੱਲ ਚਾਹ ਪੂਰਾ ਕਰਨ ਦਾ ਬਾਰੀ ਬਰਸੀ ਕੱਟਣ ਗਈ ਸੀ ਬਾਰੀ ਬਰਸੀ ਕੱਟਣ ਗਈ ਸੀ ਜਦੋਂ ਕੱਟਣ ਗਈ ਨਾ ਮੈਮ ਉਦੋਂ ਮੈਂ ਉੱਥੋਂ 2 ਮਿੰਟ ਦੇ ਵਿੱਚ ਤੁਰੀ ਤੁਰੀ ਰੱਬਾ ਸਾਡਾ ਵੀ ਬਣਾ ਦੇ ਕੋਈ ਰਾਜਾ ਹੋ ਰੱਬਾ ਸਾਡਾ ਵੀ ਬਣਾ ਦੇ ਕੋਈ ਰਾਜਾ ਕਿ ਛੜੀਆਂ ਦੀ ਜੂਨ ਬੁਰੀ ਕਿ ਛੜੀਆਂ ਦੀ ਜੂਨ ਬੁਰੀ ਅੱਡੀ ਟੱਪ ਲਾਈ ਰੱਖਣਾ ਲਾਰੀ ਲੱਪਾ ਲਾਈ ਰੱਖਣਾ ਰੱਬਾ ਹਾਏ ਰੱਬਾ 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 ਕਿਆ ਬਾਤ ਹੈ ਇੰਨੀ ਸੋਹਣੀ ਬਾਤ ਦੇਖੋ ਇਹ ਕਹਿ ਰਹੀ ਹੈ ਰੱਬਾ ਸਾਡਾ ਵੀ ਬਣਾ ਦੇ ਕੋਈ ਰਾਜਾ ਤੇ 10 ਰੁਪਈਆ ਦੀ ਦਹੀਂ ਵੇਚਦੀ ਹਾਏ ਕਿੱਡੀ ਤੁਸੀਂ 10 ਰੁਪਏ ਦੀ ਦਹੀਂ ਗੱਲ ਜਿਹੜੀ ਹੈ ਨਾ ਇਹ ਤੇ ਮੈਂ ਲਿਖਵਾਉਂਗੀ ਕਿਤੇ ਇਹ ਤਾਂ ਸਪੈਸ਼ਲੀ ਦੀਵਾਰ ਦੇ ਉੱਤੇ ਬੋਲੋ ਤੇ ਥੱਲੇ ਲਿਖਣਾ ਹੱਸਣਾ ਮਨਾ ਹੈ ਇਹਨਾਂ ਦੀ ਉਹਨਾਂ ਦੀ ਬਣਾ ਰਹੇ ਹੋ ਕਿ ਇਹਨਾਂ ਦੀ ਬਣਾ ਰਹੇ ਹੋ ਉਹਨਾਂ ਦੀ ਕੋਈ ਨਹੀਂ ਸੁਣਦਾ ਇਗਨੋਰ ਮਾਰਤਾ ਮਾਰਤਾ ਅੱਛਾ ਜੀ ਮੈਮ ਸਾਨੂੰ ਇਹ ਦੱਸੋ ਜੇ ਤੁਹਾਨੂੰ ਪ੍ਰੈਸ ਰਿਪੋਰਟਰ ਬਣਨਾ ਪਵੇ ਸਾਨੂੰ ਡਿਊਟੀ ਇੱਥੇ ਕਰਨ ਦਾ ਮੌਕਾ ਮਿਲੇ ਤਾਂ ਤੁਹਾਨੂੰ ਕਿੱਦਾਂ ਦਾ ਫੀਲ ਹੋਊਗਾ ਗੁੱਡ ਫੀਲ ਹੋਊਗਾ ਕੋਈ ਬੈਡ ਫੀਲ ਹੋਊਗਾ ਹਿੰਮਤ ਹੈਗੀ ਤਾਂ ਬਣ ਕੇ ਵਿਖਾ ਦਿਓ ਹਿੰਮਤ ਵਾਲਾ ਮੂਵੀ ਦੇਖੀ ਹੈ ਜੀ ਬਿਲਕੁਲ ਬਿਲਕੁਲ ਉਹਦੇ ਵਿੱਚ ਸ਼ੇਰ ਦੇਖਿਆ ਕਿੰਨਾ ਵਧੀਆ ਲੱਗਦਾ ਜੀ ਹਾਂ ਹਾਂ ਉਹ ਸ਼ੇਰ ਮੈਂ ਆ ਜੀ ਮਤਲਬ ਮੈਂ ਡਰੈਸ ਪਾਈ ਸੀਗੀ ਸ਼ੇਰ ਦੀ ਵਾਲੀ ਤੇ ਉਹਦੇ ਚ ਸੀ 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 ਸੀਨ ਮੈਂ ਕੀਤਾ ਸੀ ਜੀ ਸੀ 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 ਕਿੰਨੇ ਵਾਰੀ ਕੀਤਾ ਸੀ ਤੁਸੀਂ ਕਲਰ ਸੀ ਸੀ ਕਰਾਈ ਕਦੀ ਹਾਏ ਤੈਨੂੰ ਕਦੋਂ ਪਤਾ ਲੱਗਾ ਸੀ ਸੀ ਬਾਰੇ ਤੈਨੂੰ ਪਰਸੋਂ ਚੌਥੀ ਲੱਗਾ ਨਾ ਮੇਰੀ ਗੱਲ ਦਾ ਪਤਾ ਮੈਨੂੰ ਮੇਰੀ ਪਰਸਨਲ ਹੋ ਰਹੀ ਹੈ ਉਹ ਠੀਕ ਹੋ ਰਹੀ ਹੈ ਬਿਲਕੁਲ ਬਿਲਕੁਲ ਸਹੀ ਅੱਛਾ ਹੁਣ ਮੈਨੂੰ ਇੱਕ ਗੱਲ ਦੱਸੋ ਲੋਕਾਂ ਕੋਲੋਂ ਤੇ ਤੁਸੀਂ ਬਹੁਤ ਸਵਾਲ ਪੁੱਛਦੇ ਹੋ ਮੇਰੇ ਵੀ ਕੁਝ ਸਵਾਲ ਨੇ ਤੁਹਾਡੇ ਕੋਲੋਂ ਪੁੱਛਣ ਵਾਲੇ ਮੈਨੂੰ ਉਹਨਾਂ ਦੇ ਜਵਾਬ ਦਿਓ ਸਭ ਤੋਂ ਪਹਿਲਾ ਸਵਾਲ ਮੇਰਾ ਇਹ ਹੈ ਕੌਣ ਬਣੇਗਾ ਕਰੋੜਪਤੀ ਚੱਲ ਪਏ ਓ ਹੈਲੋ ਨਹੀਂ ਕਿ ਆਹੋ ਓਏ ਆਹੋ ਕਿੱਥੇ ਖੜਾ ਤੂੰ ਸਵਾਲ ਚਲੋ ਚਲੋ ਜੀ ਉਹ ਕੱਟ ਕਰ ਦੂੰਗਾ ਠੀਕ ਹੈ ਠੀਕ ਹੈ ਅਧਰੂ ਨਹੀਂ ਹੋਣਾ ਨਾ ਅੱਛਾ ਚਲੋ ਰਕੇਸ਼ ਨੂੰ ਪਹਿਲਾ ਸਵਾਲ ਕੱਟ ਲਾ ਪਹਿਲਾ ਸਵਾਲ ਜੀ ਮੇਰਾ ਪਹਿਲਾ ਸਵਾਲ 10,000 ਰੁਪਏ ਦੇ ਲਈ ਜੀ ਕਿਸੇ ਤੋਂ ਪੁੱਛਣਾ ਸੀਗਾ ਤੁਹਾਡੀ ਸ਼ਕਲ ਵੇਖ ਕੇ 5,000 ਰੁਪਏ ਦਾ ਬਣਦਾ ਹੈ 10,000 ਦਾ ਲਾ ਲਓ ਜੀ ਜੀ ਹੋਣ ਜਾਣ ਦਾ ਕਿਰਾਇਆ ਤਾਂ ਨਿਕਲੂਗਾ ਠੀਕ ਹੈ ਚਲੋ 10 ਰੁਪਏ ਦਾ ਸਵਾਲ ਉਹ ਏ ਤੇ ਤੁਸੀਂ ਹਰ ਜਗ੍ਹਾ ਤੇ ਕਿੱਦਾਂ ਟਪਕ ਜਾਂਦੇ ਹੋ ਹਰ ਜਗ੍ਹਾ ਤੇ ਕਿੱਦਾਂ ਟਪਕ ਜਾਂਦੇ ਆ ਰਿਪੋਰਟ ਲੈਣ ਲਈ ਜਿੱਥੇ ਅੱਛਾ ਹਾਂ ਇਧਰ ਆਵਾਜ਼ ਨਹੀਂ ਆਉਂਦੀ ਹੈਲੋ ਹੈਲੋ ਆ ਰਹੀ ਹੈ ਆ ਰਹੀ ਹੈ ਹੈਲੋ ਆ ਰਹੀ ਹੈ ਜਨ ਜੀ ਆ ਰਹੀ ਹੈ ਆ ਰਹੀ ਹੈ ਉਹ ਕਰ ਰਹੀ ਹੈ ਲਿਪ ਲਗਾਉਣ ਬਲਿੰਕ ਲਗਾਉਣ ਬਲਿੰਕ ਕਰ ਰਹੀ ਹੈ ਨਾ ਕਰ ਲਈ ਹੈ ਅੱਗੇ ਸੀ ਇੱਕ ਵਾਰੀ ਫੇਰ ਬੋਲਿਓ ਕੀ ਲਿਪ ਲਗਾਉਣ ਬਲਿੰਕ ਕਰ ਰਹੀ ਹੈ ਨਾ ਬਲਿੰਕ ਕਰ ਰਹੀ ਹੈ ਕਰ ਰਹੀ ਹੈ ਤੇ ਮੈਮ ਅਸੀਂ ਇਹ ਕੀ ਪੁੱਛੋ ਕਿੱਦਾਂ ਟਪਕ ਜਾਂਦੇ ਹਰ ਜਗ੍ਹਾ ਅੱਛਾ ਟਪਕ ਜਾਂਦੇ ਜਿੱਦਾਂ ਹੀ ਸਾਨੂੰ ਕੋਈ ਪਤਾ ਲੱਗਦਾ ਵੀ ਇੱਥੇ ਨਿਊਜ਼ ਫੈਲ ਸਕਦੀ ਹੈ ਸਾਰੀ ਵਰਲਡ 'ਚ ਫੈਲ ਸਕਦੀ ਹੈ ਉਹ ਨਿਊਜ਼ ਦਾ ਸਾਡਾ ਫਰਜ਼ ਬਣਦਾ ਕਿ ਲੋਕਾਂ ਤੱਕ ਪਹੁੰਚਾਉਣਾ ਸਿਰਫ ਉਹ ਇੱਕ ਗੱਲ ਹੁੰਦੀ ਆ ਪਰ ਨਿਊਜ਼ ਤੁਸੀਂ ਬਣਾ ਦਿੰਦੇ ਹੋ ਕਿਉਂ ਗੱਲਾਂ ਹੀ ਨਿਊਜ਼ ਬਣਦੀਆਂ ਜੀ ਅੱਛਾ ਕਿੱਦਾਂ ਐਦਾਂ ਜਿੱਦਾਂ ਹੁਣ ਆਇਆ ਇੱਕ ਮਿੰਟ ਲਵ ਯੂ ਕੀ ਹਾਲ ਹੈ ਮੈਂ ਵਧੀਆ ਬਣਾਓ ਨਿਊਜ਼ ਹੈਲੋ ਜੀ ਅੱਜ ਮਜ਼ਾਕ ਪਠਾਣੇ ਦੇ ਵਿੱਚ ਲਵ ਯੂ ਨੇ ਕਿਹਾ ਠੀਕ ਹਾਲ ਹੈ ਤੇ ਡਫਰੀ ਚੱਕਦੇ ਹੋਏ ਆਪਣੀ ਬੋਲੀ ਦਾ ਆਗਾਜ਼ ਕਰਨ ਲੱਗੀ ਹੈ ਆਓ ਫਿਰ ਆਪਾਂ ਬੋਲੀ ਸੁਣਦੇ ਹਾਂ ਲਵ ਯੂ ਜੀ ਤੋਂ ਪਹਿਲੀ ਗੱਲ ਮੈਂ ਬੋਲੀ ਨਹੀਂ ਸੁਣਾਉਣ ਜਾ ਰਹੀ ਤੁਹਾਡੇ ਵੀ ਕਟੀ ਸ਼ਕਲ ਦੇ ਕੇ ਬੋਲੀਆਂ ਭੁੱਲ ਜਾਂਦੀਆਂ ਵੈਸੇ ਮੈਂ ਗਾਣਾ ਸੁਣਾਉਂਦੀ ਹਾਂ ਹਾਂ ਚਲੋ ਵੇ ਮੈਂ ਪਾਰਲਰ ਜਾਇਆ ਗਾਣਾ ਹੀ ਪੈਣਾ ਮੇਕਅਪ ਕਰਵਾਇਆ ਵੇ ਮੈਂ ਪਾਰਲਰ ਜਾਇਆ ਮੇਕਅਪ ਕਰਵਾਇਆ ਆਈਬ੍ਰੋ ਬਣਵਾਇਆ ਹੋ ਜਿੰਮੀ ਚੂ 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 ਲੈ ਦੇ ਤੂੰ ਵੇ ਜਿੰਮੀ ਚੂ 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 ਲੈ ਦੇ ਤੂੰ ਤੁਸੀਂ ਦੇਖ ਰਹੇ ਹੋ ਇਹ ਆਪਣੀ ਡਿਊਟੀ ਕਰਨ ਦੇ ਬਜਾਏ ਇੱਥੇ ਗਾਣੇ ਖਾ ਕੇ ਟਾਈਮ ਪਾਸ ਕਰਨ ਦੇ ਮੇਰੀ ਡਿਊਟੀ ਇਹੀ ਹੈ ਤੁਹਾਨੂੰ ਤਾਂ ਰਿਸ਼ਵਤ ਮੰਗ ਰਹੀ ਹੈ ਕਹੋ ਰਿਸ਼ਵਤ ਜਿੰਮੀ ਚੂ ਮੰਗ ਰਹੀ ਹੈ ਰਿਸ਼ਵਤ ਮੰਗ ਰਹੀ ਹੈ ਇਹ ਕੋਈ ਇਦਾਂ ਕੋਈ ਜੁੱਤੀਆਂ ਲੈਣ ਦੀ ਗੱਲ ਕਰਨ ਦੀ ਹੈ ਅਸੀਂ ਉਹਦਾ ਨਾਮ ਨਹੀਂ ਲੈ ਸਕਦੇ ਮੈਂ ਸੋਚ ਰਹੀ ਜੁੱਤੀਆਂ ਲੈ ਇੱਕ ਪੀਸ ਹੀ ਮਿਲ ਜੇ ਮੈਂ ਤੁਹਾਡੇ ਨੱਕ ਤੇ ਮਰਾ ਵਗਾ ਕੇ ਜੁੱਤੀਆਂ ਪਬਲਿਕ ਵਾਧੂ ਮਾਰਦੀ ਹੈ ਪੁਲਿਸ ਵਾਲਿਆਂ ਨੂੰ ਓਏ
ਸਾਲ ਦੋ ਸਾਲ ਇੱਥੇ ਕੰਮ ਕੀਤਾ, ਤੁਹਾਨੂੰ ਕਿੱਦਾਂ ਦਾ ਲੱਗਿਆ ਇੱਥੇ? ਕੀਤਾ ਮੁਜ਼ਰਿਮ ਸੀਗਾ ਇੱਥੇ ਕੰਮ ਕੀਤਾ ਤੇ ਜਿਹੜਾ ਇੱਥੇ ਲੱਗਾ ਹੋਇਆ ਸੀ। ਜਿਸਨੇ ਮੂਲੀ ਮੇ ਧਾਗੇ ਡਾਲ ਕੇ ਮੋਮਬੱਤੀ ਬਣਾ ਕੇ ਵੇਚਾ ਥਾ, ਯੇ ਔਰਤ ਵਹੀ ਹੈ, ਯੇ ਦਰਿੰਦਗੀ ਸੇ ਭਰੀ ਹੋਈ ਔਰਤ। ਇਸਕੋ ਆਪ ਧਿਆਨ ਸੇ ਦੇਖ ਲੇ, ਯੇ ਲੋਗੋ ਕੋ ਠਗਤੀ ਹੈ। ਗੌਰ ਨਾਲ ਦੇਖੋ, ਇਸ ਲਾਂ ਦੇ ਇਨਸਾਨ ਨੂੰ ਜਿਹਦੇ ਜੰਮਣ ਤੋਂ ਬਾਅਦ ਘਰਦਿਆਂ ਨੇ ਮਨਾ ਕਰਤਾ, ਸਾਡਾ ਹੈ ਹੀ ਨਹੀਂ। ਕੱਟ ਕਰਤੀ ਕੱਟ, ਸੌਣ ਨਹੀਂ ਆਈ, ਸੌਣ ਨਹੀਂ ਆਈ, ਸੌਣ ਨਹੀਂ ਆਈ, ਚਲੇ ਗਈ ਜਿੱਦਾਂ ਜਾਣੀ ਸੀ। ਜੀ ਜੀ, ਔਰ ਆਪ ਦੇਖ ਰਹੇ ਹੈ ਯਹਾਂ ਪੇ ਹਮ ਮਜ਼ਾਕਪੁਰ ਮੇ ਪਹੁੰਚੇ ਹੋਏ ਹੈਂ। ਕਿਆ ਹੁਆ, ਫੋਨ ਆ ਗਿਆ ਜੀ, ਤੋ ਕਰੋ ਨਾ ਬਾਤ ਫਿਰ, ਹਮ ਇਧਰ ਕਰ ਰਹੇ ਹੈਂ। ਓ ਹੈਲੋ, ਨਾਲੇ ਤੇਰੀ ਆ ਹਿੰਦੀ ਪੰਜਾਬੀ ਕੀ ਕਰ ਕੀ ਰਹੇ ਹੈਂ? ਅਬ ਹਮ ਹਿੰਦੀ ਕੀ ਸ਼ੌਟ ਲੈ ਰਹੇ ਹੈਂ। ਚੁੱਪ ਕਰ, ਹਿੰਦੀ ਕੀ ਸ਼ੌਟ ਲੈ ਰਹੇ ਹੈਂ? ਪੰਜਾਬੀ ਤੇ ਢੰਗ ਨਾਲ ਬੋਲ ਲੈ ਪਹਿਲਾਂ, ਹਿੰਦੀ ਕੇ ਸ਼ਾਟ ਲੈ ਰਹੇ ਹਾਂ। ਤੋ ਹਮ ਅਭੀ ਹਿੰਦੀ ਕਾ ਤੈਨੂੰ ਕਹੀ ਨਹੀਂ ਪੰਜਾਬੀ ਚ। ਉਹ ਤੇਰਾ ਕੈਮਰਾ ਹੁਣ ਬੰਦ ਨਹੀਂ ਹੋ ਰਿਹਾ? ਉਹ ਕੱਟ ਹੋ ਜਾਊਗਾ ਉਹ, ਭਾਵੇਂ ਉਹ ਹੋਣਾ ਭਾਵੇਂ ਹੁਣ ਆਪਾਂ। ਹਾਂ ਚੱਲ, ਤੋ ਆਪਾਂ ਦੇਖਿਆ ਜੀ ਇੱਥੇ ਆਪਾਂ ਮਜ਼ਾਕਪੁਰ ਦੇ ਵਿੱਚ ਪਹੁੰਚੇ ਆ, ਠੀਕ ਹੈ ਜੀ। ਮੈਡਮ ਦੇ ਬਲਵੀਰੋ ਜੀ ਦੇ ਨਾਲ ਗੱਲਬਾਤ ਹੋਈ ਆ ਤੇ ਆਪਾਂ ਹੁਣ ਥੋੜੇ ਟਾਈਮ ਬਾਅਦ ਬ੍ਰੇਕ ਤੋਂ ਬਾਅਦ ਮਿਲਾਂਗੇ ਤੇ ਬ੍ਰੇਕ ਦੇ ਵਿੱਚ ਮੈਂ ਦਹੀਂ ਭੱਲੇ ਖਾਣੇ ਆ। ਬ੍ਰੇਕ ਕਿੱਥੋਂ ਆ ਗਈ ਸਾਡੀ? ਆਈ ਸਾਡੀ ਬ੍ਰੇਕ ਜੀ, ਤੁਸੀਂ ਤਿੰਨ ਲੈ ਲਈਆਂ ਸੀ, ਕਿਆ ਕੁਝ ਕਿਆ ਕੁਝ, ਹੁਣ ਸਾਡੀ ਨਹੀਂ ਆਈ। ਹੁਣ ਅਸੀਂ ਬ੍ਰੇਕ ਦੇ ਵਿੱਚ ਦਹੀਂ ਭੱਲੇ ਖਾਣ ਜਾਣੇ ਆ, ਠੀਕ ਆ, ਤੇ ਬ੍ਰੇਕ ਤੋਂ ਬਾਅਦ ਮਿਲਾਂਗੇ ਕੈਮਰਾਮੈਨ ਜਿਉਣਾ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਰਿਪੋਰਟਰ ਪਦਸੂਰਤ। ਕੱਟ ਕਰ ਬਾਰੀ ਬਰਸੀ ਕੱਟਣ ਗਈ ਸੀ, ਬਾਰੀ ਬਰਸੀ ਕੱਟਣ ਗਈ ਸੀ ਜਦੋਂ ਮੈਂ ਖੱਡਣ ਗਈ ਨਾ ਮੈਮ, ਪਹਿਲਾਂ ਮੈਂ ਸੋਚਿਆ ਮੈਂ ਐਕਟਿਵਾ ਮੰਗ ਲਵਾਂ ਕਿਸੇ ਕੋਲੋਂ, ਫਿਰ ਮੈਂ ਕਿਹਾ ਐਕਟਿਵਾ ਤੇ ਗਈ ਨਾ ਫਿਰ ਮਤਲਬ ਚੰਗਾ ਨਹੀਂ ਲੱਗਦਾ ਵੀ ਮੈਂ ਕਾਰ 'ਚ ਜਾਂਦੀ ਹਾਂ, ਫਿਰ ਮੈਂ ਮੰਗ ਲਈ ਚਾਬੀ ਕਾਰ ਦੀ, ਮੁੰਡਿਆਂ ਨੂੰ ਸੰਗਤ ਖਰਾਬ ਮਾਰਦੀ, ਢੇਰ ਬੱਚ ਜਾਣ ਤਾਂ ਸ਼ਰਾਬ ਮਾਰਦੀ, ਮੁੰਡਿਆਂ ਨੂੰ ਸੰਗਤ ਖਰਾਬ ਮਾਰਦੀ, ਢੇਰ ਬੱਚ ਜਾਣ ਤਾਂ ਸ਼ਰਾਬ ਮਾਰਦੀ, ਉਸ ਬੱਚ ਜਾਣ ਤਾਂ ਜਵਾਨੀ ਮਾਰਦੀ, ਢੇਰ ਬੱਚ ਜਾਣ ਤਾਂ ਲੇਡੀ ਸਾਈਕਲ ਵਾਲਾ ਵਾ। ਹਾਂਜੀ ਹਾਂਜੀ, ਫਿਰ ਲੇਡੀ ਹੈਗੀ ਨਾ, ਤੁਹਾਡਾ ਤੇ ਜੈਂਟਸ ਵਰਗਾ ਵੀ ਨਹੀਂ ਹੈਗਾ। ਫਿਰ ਲੇਡੀ ਸਾਈਕਲ ਦੀ ਗੱਲ ਕਰੋ ਤੇ ਆਪਾਂ ਲੋ ਜੀ ਆ ਗਏ ਹਾਂ ਛੋਟੀ ਜੀ ਬ੍ਰੇਕ ਤੋਂ ਬਾਅਦ, ਆਪਾਂ ਦਹੀਂ ਭੱਲੇ ਖਾ ਕੇ ਕੱਟ ਲਾ ਲਈਏ ਇੱਥੇ, ਠੀਕ ਆ। ਉਹ ਸੀਸੀ ਕਰਕੇ ਨਾ ਸਾਰਾ ਕੁਝ ਐਡਿਟ ਕਰ, ਤੁਸੀਂ ਟੈਨਸ਼ਨ ਨਾ ਲਓ, ਰਮੇਸ਼ ਨੂੰ ਕਹਿ ਦੀ, ਠੀਕ ਆ। ਤੇ ਆਪਾਂ ਹੁਣ ਉਹ ਕੀ ਕਰਨਾ? ਕੀ ਕਰਨਾ? ਬਾਈਟ ਦੇਣੀ ਕਿੱਦਾਂ? ਹਾਂ, ਇੱਥੇ ਖੜੇ ਹੋ ਕੇ ਦਿਓ, ਆਪਾਂ ਇੱਥੇ ਖੜੇ ਆ, ਇਹ ਕਰ ਰਿਹਾ ਉਹ ਕਰ ਰਿਹਾ, ਇਹ ਕਰ ਰਿਹਾ ਉਹ ਕਰ ਰਿਹਾ। ਹਾਂ, ਸਿੱਧੇ ਖੜੇ ਹੋ, ਇੱਕ ਮਿੰਟ। ਨਹੀਂ, ਕੀ ਚੱਲ ਕੀ ਰਿਹਾ ਤੁਹਾਡਾ, ਕੀ ਹੋ ਕੀ ਰਿਹਾ? ਨਿਊਜ਼ ਵਾਲੇ ਆਏ ਆ ਜੀ ਮਜ਼ਾਕਪੁਰ ਚ। ਕਿਹੜੇ ਪੀਸ ਪੂਸ ਕਰੀ ਜਾ ਰਹੇ ਹੋ, ਕਿਹੜੇ ਟੂ ਪੀਸ ਕਰ ਰਹੇ ਹੋ, ਕੀ ਕਰ ਰਹੇ ਹੋ? ਚਲੋ ਛੱਡੋ ਜੀ, ਬਹੁਤ ਰੋ ਗਈ, ਚਾਹ ਪਾਣੀ ਮੰਗਾ ਲਓ ਜੀ, ਚਾਹ ਪਾਣੀ ਰੱਖ ਦਿਓ ਜੀ, ਚਾਹ ਪਾਣੀ ਮੰਗਾ ਲਓ ਜੀ। ਅੱਛਾ, ਗੰਦਾ ਪਾਣੀ ਮੰਗਾ ਲਈ ਮੂੰਹ ਧੋਣ ਵਾਸਤੇ? ਹਾਂ ਜੀ, ਨੋਰਮਲ ਗੱਲ ਕਰਦੇ ਹਾਂ ਜੀ, ਤੁਹਾਡੇ ਮੂੰਹ ਧੋਣ ਵਾਸਤੇ। ਗੰਦਾ ਤੁਸੀਂ ਮਤਲਬ ਗੰਦੇ ਪਾਣੀ ਨਾਲ ਹੀ ਧੋਂਦੇ ਹੋ? ਰਿਪੋਰਟਰ ਕੈਮਰੇ ਚੱਕਦੇ ਨਾ, ਸਾਨੂੰ ਪਤਾ ਸਾਡੇ ਮੋਢੇ ਤੇ ਕਿੰਨਾ ਭਾਰ ਭਾਰ, ਮਤਲਬ ਜ਼ਿੰਮੇਵਾਰੀਆਂ ਬਹੁਤ ਵੱਡੀਆਂ ਨੇ। ਰੱਬ ਟਾਈਮ ਤੋਂ ਪਹਿਲਾਂ ਨੇ ਕਿਤੇ ਚੱਕ ਲਈ ਸਿਰ, ਜ਼ਿੰਮੇਵਾਰੀਆਂ ਨੇ ਬੜੀਆਂ। ਫੋਨ ਆਉਣਾ ਤੁਹਾਡਾ? ਹਾਂਜੀ, ਕੋਈ ਹੋਰ ਰਿਪੋਰਟ ਤਾਂ ਨਹੀਂ ਆ ਰਹੀ ਕਿਧਰੋਂ ਫੋਨ? ਤੇ ਇਸ ਕਰਕੇ ਉਦੋਂ ਸਾਨੂੰ ਥੋੜਾ ਜਿਹਾ ਸਪੀਡ ਨਾਲ ਬੋਲਣਾ ਪੈਂਦਾ, ਕਿਉਂਕਿ ਖਬਰ ਤੇ ਖਬਰ, ਖਬਰ ਤੇ ਖਬਰ, ਖਬਰ ਤੇ ਖਬਰ, ਖਬਰ ਤੇ ਖਬਰ ਕਰਨੀ ਪੈਂਦੀ ਹੈ। ਅੱਛਾ ਅੱਛਾ, ਇੰਨੀ ਖਬਰ? ਹਾਂਜੀ, ਅੱਜ ਦਿਹਾੜੀ ਦੀ ਤੀਜੀ ਖਬਰ ਆਈ ਹੈ ਤੁਹਾਡੀ? ਤੀਜੀ ਖਬਰ ਆਈ? ਹਾਂ, ਤੀਸਰੀ। ਅੱਛਾ, ਨਾਰਮਲੀ ਲਾਈਫ ਦੇ ਵਿੱਚ ਵੀ ਅਸੀਂ ਫੰਬਲ ਕਰਦੇ ਰਹਿੰਦੇ, ਤੀਸਰੀ ਨਹੀਂ, ਕੋਈ ਚੱਕਰ ਨਹੀਂ, ਥਰਡ ਥਰਡ। ਅੱਛਾ ਅੱਛਾ, ਮੇਰੀ ਗੱਲ ਸੁਣੋ, ਹੁਣ ਮੁੱਦੇ ਦੀ ਗੱਲ ਕਰੋ, ਜਦੋਂ ਤੁਸੀਂ ਇੱਥੇ ਆਏ ਹੋ ਕੋਈ ਵੀ ਢੰਗ ਦੀ ਗੱਲ ਨਹੀਂ ਕੀਤੀ, ਹੁਣ ਕੈਮਰਾ ਬੰਦ ਹੈ, ਮੈਂ ਤੁਹਾਨੂੰ ਥੋੜਾ ਜਿਹਾ ਸਮਝਾਉਣਾ ਵੀ ਬੋਲਣਾ ਕੀ ਹੈ। ਦੇਖੋ,
ਪੁਲਿਸ ਸਾਰਿਆਂ ਦੀ ਸਾਂਝੀ ਸਾਂਝੀ ਠੀਕ ਹੈ ਮੀਡੀਆ ਸਾਰਿਆਂ ਦੀ ਸਾਂਝੀ ਸਾਂਝੀ ਨਾ ਤੁਸੀਂ ਪੁਲਿਸ ਬਾਰੇ ਗਲਤ ਬੋਲੋ ਤੇ ਨਾ ਮੀਡੀਆ ਬਾਰੇ ਆਪਾਂ ਗਲਤ ਬੋਲਾਂਗੇ ਠੀਕ ਹੈ ਮਿਲਾਓ ਹੱਥ ਫਿਰ ਡੱਬਾ ਮੰਗਾਓ ਬਹੁਤ ਵਧੀਆ ਸੋ ਠੀਕ ਹੈ ਮੈਂ ਡੱਬਾ ਕਿਸ ਚੀਜ਼ ਦਾ ਯਾਰੀ ਦੋਸਤੀ ਮੀਡੀਆ ਦੇ ਇੱਕ ਥਾਣੇਦਾਰ ਦੀ ਜੀ ਜੀ ਬਿਲਕੁਲ ਡੱਬਾ ਤੁਸੀਂ ਲੈ ਕੇ ਆਇਓ ਤੁਸੀਂ ਹੱਥ ਹੋ ਗਿਆ ਉਹ ਹੱਥ ਦੇਖੋ ਕਿਹਦੇ ਨਾਲ ਮਿਲਾ ਲੇ ਤੁਸੀਂ ਤੁਹਾਡਾ ਹੱਥ ਉਧਰਲੀ ਸਾਈਡ ਤੋਂ ਕਾਲਾ ਹੋ ਗਿਆ ਦੇਖੋ ਨਹੀਂ ਮੈਮ ਇੱਧਰ ਦੇਖੋ ਧਿਆਨ ਨਾਲ ਇਹ ਜਮਾਂਦਰੂ ਹੀ ਆਈ ਸਕਿਨ ਸੌਕਸ ਪਾਈ ਹੋਈ ਹੈ ਸਕਿਨ ਸੌਕਸ ਮੂੰਹ ਤੇ ਹੀ ਪਾਇਆ ਕਰੋ ਨਾ ਤੁਸੀਂ ਅੱਛਾ ਠੀਕ ਹੈ ਸਭ ਠੀਕ ਹੈ ਹੁਣ ਇਹ ਦੱਸੋ ਵੀ ਤਰੀਕੇ ਨਾਲ ਗੱਲ ਕਿੱਦਾਂ ਕਰਨੀ ਜੀ ਅਸੀਂ ਤਰੀਕੇ ਨਾਲ ਹੀ ਗੱਲ ਕਰਾਂਗੇ ਜੀ ਹੁਣ ਕਿਉਂਕਿ ਦੇਖੋ ਸਾਡਾ ਇਹਦੇ ਚ ਕੋਈ ਕਸੂਰ ਨਹੀਂ ਜੀ ਅੱਛਾ ਸਾਨੂੰ ਵੀ ਥੋੜਾ ਬਹੁਤਾ ਤੜਕਾ ਲਾਉਣਾ ਪੈਂਦਾ ਜੀ ਸਾਰੀਆਂ ਸਬਜ਼ੀਆਂ ਨੂੰ ਤੇਲ ਚ ਰਾੜਨਾ ਪੈਂਦਾ ਜੀ ਤੇ ਤੁਸੀਂ ਹਲਵਾਈ ਕਿਉਂ ਖਾ ਲੈਂਦੇ ਸ਼ਕਲ ਤਾਂ ਉਦਾਂ ਦੀ ਹੈ ਤੁਹਾਡੀ ਮੇਰੇ ਕਹਿਣ ਦਾ ਮਤਲਬ ਇਹ ਨਹੀਂ ਜੀ ਮਤਲਬ ਤੜਕਾ ਲਾਉਣਾ ਪੈਂਦਾ ਲੋਕ ਇੰਟਰਸਟਿੰਗ ਦੇ ਨਾਲ ਪੜ੍ਹਦੇ ਆ ਖਬਰਾਂ ਗੱਲ ਨੂੰ ਵਧਾ ਕੇ ਕਰਨੀ ਪੈਂਦੀ ਹੈ ਜੀ ਤੂੰ ਆਪ ਨਹੀਂ ਵਧਦਾ ਹਾਂ ਜੀ ਮੈਂ ਤਾਂ ਆਪ ਕਿਉਂ ਨਹੀਂ ਵਧਦਾ ਉਹ ਪ੍ਰਮਾਤਮਾ ਨੇ ਜਿੰਨਾ ਵਧਾਣਾ ਹੈ ਵਧਾਤਾ ਮੈਡਮ ਜੀ ਅੱਛਾ ਅੱਛਾ ਤੁਸੀਂ ਟੈਨਸ਼ਨ ਨਾ ਲਓ ਮੈਂ ਦਾ ਰਿਸ਼ਤਾ ਰੁਸ਼ਤਾ ਨਾ ਰਹਿਣ ਦਿਓ ਤੁਸੀਂ ਮੇਰਾ ਰਿਸ਼ਤਾ ਹੋ ਜਾਣਾ ਮੈਂ ਭੈਣ ਦਾ ਨਹੀਂ ਕਰਾਉਣਾ ਮੈਂ ਤੁਹਾਡੀ ਮੰਮੀ ਬਾਰੇ ਸੋਚ ਰਹੀ ਸੀ ਮੈਂ ਕਿਹਾ ਕਿਤੇ ਰਿਸ਼ਤਾ ਮੰਮੀ ਦਾ ਹੋਇਆ ਵਾ ਤਾਂ ਹੀ ਮੈਂ ਹੋਇਆ ਵਾ ਅੱਛਾ ਅੱਛਾ ਚਲੋ ਸ਼ੁਕਰ ਹੈ ਦੂਸਰਾ ਜੇ ਮਾਨਾ ਕਹਤੇ ਦੱਸ ਦਿਓ ਅੱਛਾ ਐਨੀਵੇਜ਼ ਲੀਵ ਦਿਸ ਆਲ ਹੁਣ ਦੱਸੋ ਤੁਸੀਂ ਕੀ ਕਰਨਾ ਜੀ ਪਹਿਲਾਂ ਤੇ ਕੁਝ ਖਾਣ ਨੂੰ ਮੰਗਾ ਲਓ ਵਧੀਆ ਜਿਹਾ ਕੁਝ ਆ ਤੁਹਾਡਾ ਫੋਨ ਵੱਜ ਰਿਹਾ ਮੈਡਮ ਜੀ ਤੇ ਅਸੀਂ ਤੁਹਾਡੀ ਵਧੀਆ ਇੱਕ ਆਰਟੀਕਲ ਲਾਵਾਂਗੇ ਅੱਛਾ ਵਧੀਆ ਵੀ ਬਲਵੀਰੋ ਵਧੀਆ ਡਿਊਟੀ ਕਰ ਰਹੀ ਹੈ ਇਦਾਂ ਇਦਾਂ ਕਰਕੇ ਹਾਂਜੀ ਕੀ ਹਾਲ ਹੈ ਤੁਹਾਡਾ ਤੁਹਾਡੇ ਕੋਲ ਆਈ ਸਤਿ ਸ਼੍ਰੀ ਅਕਾਲ ਜੀ ਵਧੀਆ ਤੁਸੀਂ ਸੁਣਾਓ ਕੀ ਹਾਲ ਚਾਲ ਮੈਂ ਬਿਲਕੁਲ ਠੀਕ ਠਾਕ ਹਾਂ ਤੁਹਾਨੂੰ ਦੱਸਦਾ ਵੀ ਸਾਡੇ ਇੰਗਲੈਂਡ 'ਚ ਕਿਸ ਤਰ੍ਹਾਂ ਪਿਆਰ ਹੁੰਦਾ ਵੇ ਪਿਆਰ ਦੀ ਗੱਲ ਆ ਗਈ ਇੱਥੇ ਸਾਡਾ 12 ਮਹੀਨੇ ਦਾ ਪਿਆਰ ਹੁੰਦਾ ਹੈ ਜਨਵਰੀ 'ਚ ਅਸੀਂ ਰੋਜ਼ ਦਿੰਦੇ ਹਾਂ ਅੱਛਾ ਫਰਵਰੀ 'ਚ ਅਸੀਂ ਪ੍ਰਪੋਜ਼ ਕਰਦੇ ਹਾਂ ਅੱਛਾ ਤੇ ਮਾਰਚ 'ਚ ਅਸੀਂ ਗਿਫਟ ਦਿੰਦੇ ਹਾਂ ਓਕੇ ਅਪ੍ਰੈਲ 'ਚ ਅਸੀਂ ਲਿਫਟ ਦਿੰਦੇ ਹਾਂ ਮਈ 'ਚ ਅਸੀਂ ਚੈਟਿੰਗ ਕਰਦੇ ਹਾਂ ਜੂਨ ਵਿੱਚ ਡੇਟਿੰਗ ਕਰਦੇ ਹਾਂ ਜੁਲਾਈ ਵਿੱਚ ਮਿਸ ਯੂ ਅਗਸਤ ਵਿੱਚ ਕਿਸ ਯੂ ਸੈਪਟੈਂਬਰ ਵਿੱਚ ਐਂਗਰ ਅਕਤੂਬਰ ਵਿੱਚ ਡੈਂਜਰ ਨਵੰਬਰ ਮੇ ਲੈਫਟ ਦਸੰਬਰ ਮੇ ਨੈਕਸਟ ਹਰ ਨੰਬਰ ਦਸੰਬਰ ਚ ਨੈਕਸਟ ਜਾਨੀਆਂ ਤੇ ਇੰਟਰਸਟਿੰਗ ਸੀ ਗੱਲ ਇੰਟਰਸਟਿੰਗ ਹਾਂਜੀ ਹਾਂਜੀ ਇੱਕ ਬੰਦੇ ਨੇ ਨਾ ਆਪਣਾ ਮੁਰਗਾ ਰੱਖਿਆ ਸੀ ਇੱਕ ਜਨਾਨੀ ਨੇ ਤੇ ਮੁਰਗੇ ਦਾ ਨਾਮ ਰੱਖਿਆ ਥਾਣੇਦਾਰ ਬੜਾ ਪਿਆਰ ਕਿਉਂਕਿ ਉਹ ਥਾਣੇਦਾਰ ਜਾਂ ਕਾਫੀ ਉਹਦੀ ਗੱਲਬਾਤ ਰਹੀ ਨਾ ਪਿਆਰ ਤੇ ਉਹਨੇ ਆਪਣੇ ਮੁਰਗੇ ਦਾ ਨਾਂ ਥਾਣੇਦਾਰ ਰੱਖਤਾ ਉਹ ਇੱਕ ਦਿਨ ਨਾ ਮੁਰਗਾ ਉਹਦਾ ਗੁਆਚ ਗਿਆ ਸਾਰੇ ਲੱਭਣਗੇ ਹੀ ਲੱਭਿਆ ਨਾ ਅਖੀਰ ਹਲਵਾਈ ਦੀ ਦੁਕਾਨ ਕੋਲ ਪਹੁੰਚੀ ਤੇ ਪੁੱਛਣ ਲੱਗੀ ਮੇਰਾ ਥਾਣੇਦਾਰ ਤੇ ਨਹੀਂ ਤੱਕਿਆ ਕਹਿੰਦੇ ਜੀ ਥਾਣੇਦਾਰ ਨਹੀਂ ਤੱਕਿਆ ਇਹਦੀ ਵਰਦੀ ਅਸੀਂ ਲਾ ਕੇ ਰੱਖੀ ਉਹਦੀ ਜੀ ਜੀ ਥੈਂਕ ਯੂ ਸੋ ਮਚ ਜੀ ਤੁਸੀਂ ਕਾਲ ਕੀਤਾ ਬਹੁਤ ਚੰਗਾ ਲੱਗਾ ਔਰ ਬਹੁਤ ਵਧੀਆ ਤੁਸੀਂ ਚੁਟਕਲੇ ਸੁਣਾਉਂਦੇ ਹੋ ਥੈਂਕਸ ਅ ਲੋਟ ਜੀ ਯਾ ਥੈਂਕਸ ਹਾਂਜੀ ਮੈਮ ਅਸੀਂ ਇਹ ਪੁੱਛਣਾ ਚਾਹੁੰਦੇ ਕਿ ਜੇ ਆਪਾਂ ਇਦਾਂ ਦੇ ਚੁਟਕਲੇ ਆਪਾਂ ਸਾਡੇ ਤੁਸੀਂ ਰਿਪੋਰਟਰ ਕੋਲ ਭੇਜੋ ਅਸੀਂ ਲਾਈਵ ਚਲਾ ਸਕਦੇ ਜੀ ਇਦਾਂ ਦੀ ਅੱਛਾ ਚੱਲ ਰਹੇ ਨੇ ਜੀ ਲਾਈਵ ਚੱਲ ਰਹੇ ਨੇ ਨਹੀਂ ਸਾਡੇ ਚੈਨਲ ਤੇ ਲਾਈਵ ਚੱਲ ਰਹੇ ਨੇ ਅੱਛਾ 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 ਤੁਹਾਡੇ ਚੈਨਲ ਤੇ ਲਾਈਵ ਚਲਾਣੇ ਆ ਠੀਕ ਹੈ ਪੈਸੇ ਲੱਗਣਗੇ ਥੋੜੇ ਜੇ ਤੇ ਉਹ ਪੈਸੇ ਤੁਸੀਂ ਅਦਾ ਕਰਿਓ ਵੀ ਬਾਲੀ ਜੀ ਨੇ ਆ ਜਾਣਾ ਉਹਨਾਂ ਨੂੰ ਰਹਿਣ ਦਿਓ ਮੈਨੂੰ ਦੱਸ ਦਿਓ ਮੇਰਾ ਨੰਬਰ ਲੈ ਲਓ ਪੈਸੇ ਬਗੈਰ ਮੈਂ ਕਿਹਾ ਹੀ ਨਹੀਂ ਕਰਦੀ ਇਹਦੇ ਤੇ ਵਡਾ ਚੜਾ ਕੇ ਗੱਲ ਕਰ ਦੋ ਜੀ ਦੇਖੋ ਜੀ ਸਾਡੇ ਤੋਂ ਵੀ ਹੁਣੇ ਸੀ ਇੱਥੇ ਆਏ ਆ ਤੇ ਸਾਡੇ ਤੋਂ ਵੀ ਪੈਸੇ ਮੰਗ ਰਹੇ ਨੇ ਦੇਖੋ ਪੈਸਾ ਬਿਨਾ ਕੋਈ ਬੰਦਾ ਜੀ ਨਹੀਂ ਸਕਦਾ ਪੁਲਿਸ ਨਹੀਂ ਜੀ ਸਕਦੀ ਖਾਸ ਕਰਕੇ ਪੁਲਿਸ ਨਹੀਂ ਜੀ ਸਕਦੀ ਜੀ ਕਿਉਂਕਿ ਬੇਹਨੱਕੇ ਲੋਕਾਂ ਨੂੰ ਨਾਕੇ ਲਾ ਕੇ ਇਹਨਾਂ ਨੂੰ ਲੁੱਟਣਾ ਇਹਨਾਂ ਦਾ ਪੈਸ਼ਨ ਆ ਪੈਸ਼ਨ ਪੈਸ਼ਨ ਕਰਦੀ ਦੁਨੀਆ ਮੈਂ ਝੂਠੀ ਨਹੀਂ ਹੋਈ ਪੈਸ਼ਨ ਕਰਦੀ ਦੁਨੀਆ ਮੈਂ ਝੂਠੀ ਨਹੀਂ ਹੋਈ ਤੁਹਾਡਾ ਉੱਪਰ ਕਰਕੇ ਵੀ ਛਾਤੀ ਤੱਕ ਹੀ ਵੱਧਦਾ ਹੋਣਾ ਵੈਸੇ ਕੈਮਰਾ ਸ਼ਾਇਦ ਉਹਨਾਂ ਦੀ ਫੋਟੋ ਆਉਣ ਦੀ ਆ ਤੁਸੀਂ ਦਿੱਕਤ ਨਾ ਲਵੋ ਦਿੱਕਤ ਨਹੀਂ ਲੈਂਦੀ ਮੈਂ ਟੈਨਸ਼ਨ ਨਾ ਲਵੋ ਯਾਰ ਕਿੰਨੇ ਕੱਟ ਲਵਾਤੇ ਆ ਮੇਰੇ ਇਹ ਕੱਟ ਹੋ ਜਾਣੇ ਆ ਅੱਛਾ ਮੈਮ ਜਿੱਦਾਂ ਵਾਲ ਸੈੱਟ ਕਰੋ ਥੋੜੇ ਜਿਹਾ ਵਾਲ ਸੈੱਟ ਕਰੋ ਯਾਰ ਮੇਕਅਪ ਵਾਲਾ ਹੀ ਨਹੀਂ ਆਇਆ ਰਹਿਣ ਦੋ ਉਹਦੀ ਗੱਲ ਹੋਰ ਪੜੇ ਲੱਗਣ ਲੱਗ ਪਏ ਬਹੁਤ ਵਧੀਆ ਤਿਆਰੀ ਕੀਤੀ ਹੋਈ ਹੈ ਕਰਵਾ ਚੌਥ ਦੇ ਲਈ ਹਾਂ ਬਿਲਕੁਲ ਕਰੋ ਗੱਲ ਇਹਨਾਂ ਹਾਂਜੀ ਲਵਜੀ ਜੀ ਕੀ ਕਹਿਣਾ ਚਾਹੋਗੇ ਕਰਵਾ ਚੌਥ ਦੇ ਵਰਤ ਬਾਰੇ ਦੇਖੋ ਇਹਦੇ ਵਾਸਤੇ ਜਿਹੜੀਆਂ ਚੀਜ਼ਾਂ ਬਣੀਆਂ ਹੋਈਆਂ ਜਿੱਦਾਂ ਕਿ ਜੇ ਬੁਆਏਫ੍ਰੈਂਡ ਤੁਹਾਨੂੰ ਲੇਜ਼ ਲਾ ਦੇਵੇ ਵਰਤ ਵਾਲੇ ਲੇਜ਼ ਹੁੰਦੇ ਆ ਉਸ ਤੋਂ ਬਾਅਦ ਵਰਤ ਵਾਲੇ ਪਾਪੜ ਹੁੰਦੇ ਆ ਵਰਤ ਵਾਲਾ ਇੱਕ ਥਾਲੀ ਹੁੰਦੀ ਹੈ ਵਰਤ ਦੀ ਸਪੈਸ਼ਲੀ ਕਰਵਾ ਚੌਥ ਸਪੈਸ਼ਲ ਥਾਲੀ ਉਹਦੇ ਚ ਜ਼ਿਆਦਾ ਕੁਝ ਚੀਜ਼ਾਂ ਨਹੀਂ ਹੁੰਦੀਆਂ ਚੀਜ਼ੀ ਵਗੈਰਾ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਚਾਰ ਪੰਜ ਰੋਟੀਆਂ ਮੈਂ ਸੌਰੀ ਮੈਂ ਆਪਕੀ ਬਾਤ ਕੱਟਣਾ ਚਾਹਤਾ ਹੂੰ ਇਹ ਪਕੜ ਲੈ ਮੈਂ ਇਹਦੀ ਗੱਲ ਕਰ ਲੈਂਦੀ ਹਾਂ ਕੈਮਰੇ 'ਚ ਚਲੇ ਜਾਊਂਗੀ ਆਵਾਜ਼ ਨਹੀਂ ਮਾਰੀ ਇਸ ਮੇਰੇ ਕੋ ਸਾਡੇ ਇਹਦੇ 'ਚ ਰਿਕਾਰਡਿੰਗ ਨਹੀਂ ਹੋਣੀ ਤੇ ਤੂੰ ਤਾਂ ਤੁਹਾਡੀ ਗਲਤੀ ਨਾ ਤੁਸੀਂ ਸਾਡੇ ਕੀ ਹੁੰਦਾ ਉਹ ਚੱਕ ਲਓ
ਮਰ ਜਾਣਾ ਤੇਰੇ ਕੋ ਕਿੰਨੇ ਨਹੀਂ ਹੁੰਦਾ ਰਿਪੋਰਟ ਵੈਸੇ ਮੈਮ ਜਦੋਂ ਤੁਸੀਂ ਬੁਆਏਫ੍ਰੈਂਡ ਵਾਸਤੇ ਰੱਖਿਆ ਹੋਇਆ ਵਰਤ ਉਦੋਂ ਅਸੀਂ ਆਹ ਚੀਜ਼ਾਂ ਸਾਰੀਆਂ ਖਾ ਸਕਦੇ ਹਾਂ ਫਿਰ ਮਤਲਬ ਭੁੱਖੇ ਰਹਿਣ ਦੀ ਲੋੜ ਨਹੀਂ ਹੁੰਦੀ ਓਕੇ ਸਾਈਜ਼ ਲਓ ਮੇਰਾ ਸਰ ਤੁਸੀਂ ਆਪਣਾ ਤੁਹਾਡਾ ਪ੍ਰੋਫਾਈਲ ਇੱਧਰ ਕਰਾਂ ਇੱਧਰ ਆਓ ਪ੍ਰੋਫਾਈਲ ਥੋੜਾ ਅੱਗੇ ਆਓ ਹੈਲੋ ਹੈਲੋ ਅੱਗੇ ਆਓ ਇੱਕ ਮੈਂ ਮੈਸੇਜ ਵੀ ਦੇਣਾ ਚਾਹੁੰਦੀ ਕਰਵਾ ਚੌਥ ਤੇ ਸਾਰਿਆਂ ਨੂੰ ਹਾਂਜੀ ਦੇਖੋ ਜੀ ਜਿੰਨੇ ਵੀ ਲੋਕ ਨੇ ਜਿੰਨੇ ਵੀ ਹਸਬੈਂਡ ਨੇ ਉਹਨਾਂ ਸਾਰਿਆਂ ਨੂੰ ਇੱਧਰ ਕਰ ਮਰ ਜਾ ਹਾਂ ਜਿੰਨੇ ਵੀ ਹਸਬੈਂਡ ਨੇ ਉਹਨਾਂ ਸਾਰਿਆਂ ਨੂੰ ਮੈਂ ਰਿਕੁਐਸਟ ਕਰੂੰਗੀ ਕਰੋ ਹੈਲਮੈਟ ਪਾ ਕੇ ਨਿਕਲੋ ਤੇ ਗੱਡੀ ਦੇ ਵਿੱਚ ਮਤਲਬ ਪ੍ਰੋਪਰ ਸੀਟ ਬੈਲਟ ਲਾ ਕੇ ਨਿਕਲੋ ਕਰਵਾ ਚੌਥ ਉੱਤੇ ਜ਼ਿਆਦਾ ਇਹ ਨਾ ਹੋਵੇ ਤੁਸੀਂ ਬਿਲੀਵ ਕਰਕੇ ਨਿਕਲੋ ਵਰਤ ਕਿਸੇ ਹੋਰ ਵਾਸਤੇ ਰੱਖਿਆ ਹੋਵੇ ਹਨਾ ਹਾਂਜੀ ਮਾਈਕ ਲਵੇੜਤਾ ਹੀ ਇੰਨੀਆਂ ਤੁੱਕਾਂ ਸੱਟਦੀ ਮੈਡਮ ਜੀ ਮਰ ਜਾਣਾ ਮੂੰਹ ਵਿੱਚ ਚਲਾ ਦੇ ਮੂੰਹ ਤੇ ਵੀ ਛੁੱਟੀਆਂ ਥੋੜਾ ਸਾਫ ਕਰਨਾ ਹਾਂ ਅੱਛਾ ਹੁਣ ਜੋੜਾ ਜੀ ਰਿਪੋਰਟਰ ਬਣਨਾ ਹੈ ਕੈਮਰਾਮੈਨ ਕੀ ਨਾਮ ਹੈ ਤੇਰਾ ਕਾਲਾ ਜਿਹਾ ਬਦਸੂਰਤ ਦੇ ਨਾਲ ਰਿਪੋਰਟਰ ਜੋੜਾ ਆਹੋ ਤੇ ਆਪਾਂ ਆਇਓ ਗੱਲ ਕਰਨੇ ਮੈਡਮ ਨਾਲ ਆਇਓ ਕਿਹਨੂੰ ਬੁਲਾ ਰਿਹਾ ਚੋ ਕਿਹਨੂੰ ਬੁਲਾ ਰਿਹਾ ਆਇਓ ਆਇਓ ਕੀ ਲਾਇਆ ਇਹਨਾਂ ਨੂੰ ਕਹਿੰਦੇ ਆਇਓ ਕੈਮਰਾਮੈਨ ਸਾਹਿਬ ਆਇਓ ਅੱਛਾ ਚਲੋ ਹਾਂ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਪਾਲੀ ਸਰ ਜੀ ਕਿੰਨੇ ਦਿਨ ਚਾ ਰਹੇ ਆ ਠੀਕ ਹੈ ਬਹੁਤ ਹੋ ਗਿਆ ਹੁਣ ਨਿਕਲੋ ਉੱਥੋਂ ਟਾਈਮ ਦੇ ਵਿੱਚੋਂ ਮੈਂ ਕਹਿੰਦਾ ਪਾਲੀ ਸਰ ਇੱਕ ਮੇਰੇ ਇੱਕ ਸਵਾਲ ਦਾ ਜਵਾਬ ਦੇ ਦਿਓ ਕਿ ਕੈਮਰਾਮੈਨ ਸਾਹਿਬ ਥੋੜੀ ਪਿੱਛੇ ਰਹੋ ਤੇ ਇੱਕ ਸਵਾਲ ਦਾ ਜਵਾਬ ਦੇ ਦਿਓ ਕਿ ਪਾਲੀ ਸਰ ਕਦੋਂ ਆ ਰਹੇ ਆ ਪਾਲੀ ਜੀ ਬਹੁਤ ਜਲਦ ਆ ਰਹੇ ਨੇ ਬਹੁਤ ਜਲਦ ਤੁਹਾਡੇ ਸਾਰਿਆਂ ਨਾਲ ਮੁਲਾਕਾਤ ਹੋਏਗੀ ਉਹਨਾਂ ਦੇ ਨਾਲ ਕਿਉਂਕਿ ਥੋੜੀ ਜਿਹੀ ਉਹ ਡਿਊਟੀ ਤੇ ਬਿਜ਼ੀ ਸੀਗੇ ਜਿਸ ਕਰਕੇ ਉਹ ਥਾਣੇ 'ਚ ਨਹੀਂ ਆ ਰਹੇ ਸੀਗੇ ਇੱਧਰ ਲੈ ਮੈਡਮ ਬੋਲਣ ਦੇ ਆ ਇੱਧਰ ਲੈ ਯਾਰ ਕੀ ਆ ਯਾਰ ਦੁਬਾਰਾ ਬੋਲੋ ਸਹੀ ਹੈ ਤੁਹਾਡਾ ਇਹੀ ਲੈਣ ਦੁਬਾਰਾ ਬੋਲਣੀ ਮੇਰੀ ਗੱਲ ਸੁਣ ਲਾ ਸੇਮ ਟੂ ਸੇਮ ਨਹੀਂ ਜੇ ਬੋਲਿਆ ਜਾਣਾ ਮਜ਼ਾਕ ਉਠਾਣੇ ਚ ਦੇ ਰਿਹਾ ਡਾਇਰੈਕਟਰ ਤੁਹਾਨੂੰ ਜ਼ਿਆਦਾ ਪਤਾ ਕੈਮਰਾਮੈਨ ਹੋਗਾ ਤੁਸੀਂ ਹੋ ਰਿਪੋਰਟਰ ਨੂੰ ਕੁੱਟਦਾ ਜੀ ਰਿਪੋਰਟਰ ਨੂੰ ਕੁੱਟਦਾ ਦੇਖੋ ਡੰਡਾ ਦਿਖਾ ਰਿਹਾ ਦੇਖੋ ਜੀ ਛੋਟਾ ਰਿਪੋਰਟਰ ਹੈਗਾ ਅਧਰ ਅਧਰ ਲੁੜਕਣਾ ਉਧਰ ਜਾ ਕੇ ਤੈਨੂੰ ਮੈਂ ਦੱਸਾਂ ਸਰ ਇੱਧਰ ਆ ਜਾਓ ਥੈਂਕ ਯੂ ਤੁਸੀਂ ਮੈਨੂੰ ਸਰ ਕਿਹਾ ਮਰਜ ਨਾ ਤੂੰ ਤਾਂ ਜੇ ਗ੍ਰੇਡ ਖਲੀ ਦੀ ਇੰਟਰਵਿਊ ਲੈਣ ਚਲਾ ਗਿਆ ਤੇਰੇ ਤੇ ਮਾਈਕ ਮੂੰਹ ਤੇ ਪਹੁੰਚਣਾ ਹੀ ਨਹੀਂ ਮੈਂ ਡਾਂਗ ਲਾ ਲੂੰਗਾ ਥੱਲੇ ਟੈਨਸ਼ਨ ਨਾ ਲਓ ਆਪਣੇ ਥੱਲੇ ਵੀ ਲਾ ਡਾਂਗ ਮਰ ਜਾਣਾ ਬਦਸਲੂਕੀ ਕਰ ਰਿਹਾ ਇੱਕ ਰਿਪੋਰਟਰ ਦੇ ਨਾਲ ਦੇਖੋ ਬਦਸਲੂਕੀ ਮਰ ਜਾਣਾ ਮੈਂ ਤੇਰੇ ਨੱਕ ਤੇ ਡੰਡਾ ਲਾ ਕੇ ਮਾਰਤਾ ਤੇ ਇੱਧਰ ਥਾਣੇਦਾਰ ਮਿਹਨਤ ਨਾ ਬੋਲਿਆ ਇੰਨਾ ਮਿਹਨਤ ਮਿਹਨਤ ਤੂੰ ਬਹੁਤ ਵਧੀਆ ਬੋਲਿਆ ਓਕੇ ਬਹੁਤ ਘੈਂਟ ਲੱਗ ਰਿਹਾ ਤਾਰੀਫ ਕਰ ਰਿਹਾ ਮੇਰੀ ਹਾਂ ਬਹੁਤ ਘੈਂਟ ਲੱਗ ਰਿਹਾ ਪਰ ਜੋ ਤੂੰ ਮੁਜਰਮ ਬਣ ਕੇ ਲੱਗਦਾ ਨਾ ਉਹਦੇ ਵਰਗੀ ਕੋਈ ਰੀਸ ਨਹੀਂ ਹੈ ਸੋ ਸੋਚ ਲੈ ਤੂੰ ਰਿਪੋਰਟਰ ਬਣਨਾ ਕੇ ਮੁਜਰਮ ਬਣਨਾ ਇੱਥੇ ਡੇਲੀ ਦਾ ਤੇਰਾ ਕੰਮ ਹੋ ਜਾਣਾ ਉੱਥੇ ਤੈਨੂੰ ਕਦੀ ਕਦੀ ਤੈਨੂੰ ਆਉਣਾ ਪਊਗਾ ਤੁਸੀਂ ਟੈਨਸ਼ਨ ਨਾ ਲਓ ਦਿਹਾੜੀ ਅੱਜ ਦੀ ਤਾਂ ਕੁੱਟਣ ਦੋ ਜੀ ਟੈਨਸ਼ਨ ਨਹੀਂ ਦਿੱਕਤ ਹੁੰਦਾ ਦਿੱਕਤ ਅੱਜ ਦੀ ਦਿਹਾੜੀ ਦਾ ਕੁੱਟਣ ਦੋ ਜੀ ਅੱਛਾ ਦਿੱਕਤ ਨਾ ਲਓ ਦਿੱਕਤ ਨਾ ਲਓ ਜੀ ਅੱਛਾ ਠੀਕ ਹੈ ਚਲ ਆ ਜਿਹਨੇ ਪੁੱਛ ਕੀ ਹੈ ਹਾਂ ਤੂੰ ਤੇ ਘਰ ਦਾ ਬੰਦਾ ਵਧੀਆ ਪੁੱਛੇਗਾ ਚਲ ਬਸ ਇਹੀ ਪੁੱਛਣਾ ਹੈ ਕਿ ਪਾਲੀ ਸਰ ਕਦੋਂ ਆ ਰਹੇ ਤੁਸੀਂ ਦੱਸਦਾ ਕਿ ਜਲਦ ਆ ਰਹੇ ਹਾਂ ਹਾਂ ਬਸ ਖਤਮ ਤੁਹਾਡੀ ਰਿਪੋਰਟ ਹਾਂ ਬ੍ਰੇਕਿੰਗ ਨਿਊਜ਼ ਦੇ ਦੋ ਕੋਈ ਫਿਰ ਹੁਣ ਤੁਸੀਂ ਬਾਰ ਬਾਰ ਪਾਲੀ ਸਰ ਦਾ ਪੁੱਛੀ ਜਾ ਤੁਸੀਂ ਮੈਂ ਦੱਸ ਦੋ ਚਾਹਤ ਨਹੀਂ ਹੋਇਆ ਖਿੜਕੀ ਵੱਜ ਗਈ ਤੂੰ ਮੁੜ ਕੇ ਉੱਠਣਾ ਨੀ ਬਾਰੀ ਦੀ ਗੱਲ ਕੀਤੀ ਤੂੰ ਬਾਰੀ ਦੀ ਗੱਲ ਨਾ ਹੀ ਕਰਾਂਗਾ ਤੂੰ ਵੱਡੀ ਹੁੰਦੀ ਬਾਰੀ ਦੇਖੋ ਜਿਹੜੀ ਕੁੰਡੀ ਹੁੰਦੀ ਆ ਮਰਜ਼ੀ ਦੇਖੋ ਜੀ ਭੈਣ ਜੀ ਏਦਾਂ ਦਾ ਮੂੰਹ ਬਣਾ ਰਹੇ ਜਿੱਦਾਂ ਕਬਜ਼ੇ ਖੁੱਲ ਗਏ ਹੁਣ ਖੱਟਣ ਜਾ ਰਹੀ ਹਾਂ ਆਪਣੇ ਨਾਲ ਕਿਸੇ ਹੋਰ ਨੂੰ ਵੀ ਲਾਜਮਾ ਮਤਲਬ ਖੱਟਣ ਨਾ ਜਾਈਏ ਕਿਤੇ ਵੀ ਕੱਲੇ ਵਾਲਿਆਂ ਦੇ ਪਕੜ ਪਰੋਠੇ ਕਿ ਛੜਿਆਂ ਦੀ ਅੱਗ ਨਾ ਵਲੇ
के छड़ियां दी अग ना बले। वाह वाह वाह, लव यू, क्या बात है। हां जी, की कहना चाहोगे इस गाने पे? बहुत बढ़िया था, नहीं गाया फिर भी सानू ठीक लगा सुनन च। ਤੁਸੀਂ ਵੀ ਸਾਨੂੰ ਠੀਕ ਹੀ ਲੱਗੇ, ਤੁਸੀਂ ਆਪਣੇ ਘਰਦਿਆਂ ਨੂੰ ਵੀ ਪੁੱਛੋ। ਜੋ ਮੈਡਮ ਦਾ ਸਵਾਲ ਪੁੱਛਿਆ ਮੈਂ ਉਹਨਾਂ ਦਾ ਜਵਾਬ ਦਿੱਤਾ, ਤੁਹਾਡੇ ਤੋਂ ਕੁਝ ਨਹੀਂ ਪੁੱਛਿਆ। ਤੁਹਾਨੂੰ ਵੀ ਨਹੀਂ ਤਾਸ਼ੀ ਨਹੀਂ ਤੁਹਾਨੂੰ ਮੈਂ ਜਿੰਨੇ ਸੁਣਾਉਣਾ ਸੀਗਾ ਸੁਣਾਤਾ ਮੈਂ। ਹਾਂ ਚਲੋ ਠੀਕ ਆ, ਹੁਣ ਤੁਸੀਂ ਬ੍ਰੇਕਿੰਗ ਨਿਊਜ਼ ਦੇਣੀ ਹੈ ਇੱਕ ਇਸ ਗੱਲ ਦੇ ਉੱਤੇ। 1 ਮਿੰਟ ਕੈਮਰਾ ਬੰਦ ਕਰੋ ਆਪਣਾ। ਕੈਮਰਾ ਬੰਦ ਹੀ ਹੈ ਜੀ ਸਾਰੇ ਐਪੀਸੋਡ ਤੋਂ। ਓਏ ਐਪੀਸੋਡ ਤੋਂ ਜਿਹੜਾ ਤੁਸੀਂ ਚੋਰੀ ਠੀਕ ਹੈ ਚੋਰੀ ਚੋਰੀ ਬਣਾ ਲਾ ਪਤਾ ਨਾ ਲੱਗੇ। ਸੁਣੋ ਮੇਰੀ ਗੱਲ। ਹਾਂ ਚੋਰੀ ਚੋਰੀ ਜਿਹੜੇ ਹੁਣ ਕੰਮ ਐਦਾ ਕਰ ਵੀ ਪਾਲੀ ਜੀ ਬਾਰੇ ਤੂੰ ਦੱਸਣਾ। ਹਾਂ ਆਪਣੇ ਕੈਮਰੇ ਚ ਵੀ ਠੀਕ ਠਾਕ ਨੇ, ਠੀਕ ਹੈ, ਥੋੜੇ ਦਿਨਾਂ ਚ ਆ ਜਾਣਗੇ, ਕੋਈ ਇਹੋ ਜਿਹਾ ਚੱਕਰ ਨਹੀਂ ਹੈ, ਕੋਈ ਕਿਡਨੈਪਿੰਗ ਦਾ ਚੱਕਰ ਨਹੀਂ ਹੈ, ਕਿਤੇ ਨਹੀਂ ਉਹ ਗਏ ਆ, ਬਸ ਉਹ ਥੋੜੇ ਟਾਈਮ ਲਈ ਗਏ ਸੀਗੇ, ਆ ਜਾਣਾ ਉਹਨਾਂ ਨੇ ਸੋਮਵਾਰ ਤੱਕ ਪਹੁੰਚ ਜਾਣਗੇ। ਕੈਮਰਾ ਆਨ ਸੀ? ਹਾਂਜੀ ਬਸ ਕਹਿਤਾ ਜੋ ਮੈਡਮ ਨੇ ਕਹਿਤਾ ਉਹ ਗੱਲ ਮੰਨ ਲਓ ਜੀ, ਮੈਨੂੰ ਬੋਲਣ ਦੀ ਲੋੜ ਹੀ ਨਾ ਪਏ ਜੀ। ਦੇਖਿਆ ਜੀ ਤੁਸੀਂ ਕਿੱਦਾਂ ਅਸੀਂ ਖਬਰਾਂ ਨੂੰ ਰਿਪੋਰਟਰ ਰਿਪੋਰਟਰ ਕੋਟਦਾ ਹੀ ਇਹਨਾਂ ਨੇ ਦੁਬਾਰਾ ਉੱਧਰ ਰੱਖਿਆ ਸੀ। ਵੈਰੀ ਨਾਈਸ ਵੈਰੀ ਨਾਈਸ। ਤੇ ਤੁਸੀਂ ਲੋ ਜੀ ਹੁਣ ਮੈਂ ਇੱਕ ਬਾਈਟ ਦੇ ਲਾਈ ਇੱਥੇ ਖੜਾ ਹੋ ਕੇ 2 ਮਿੰਟ ਖੜਾ ਹੋ ਸਕਦਾ। ਮੇਰੀ ਗੱਲ ਸੁਣ ਲੈ, ਇੱਥੇ ਕਿਸੇ ਨੂੰ ਟੀਕੇ ਲਗਵਾਉਣ ਦੀ ਨੌਬਤ ਆਵੇ ਬਾਹਰ ਜਾ ਕੇ ਬਾਈਟ 1 ਮਿੰਟ ਖੜਾ ਨਹੀਂ ਹੋ ਸਕਦਾ ਜੀ। ਹਾਂ ਚੱਲ ਅੱਗੇ ਹੋ ਪਹਿਲਾਂ ਅੱਗੇ। ਹਾਂ ਚਲੋ ਤੇ ਲੋ ਜੀ ਮਜ਼ਾਕਪੁਰ ਠਾਣੇ ਦਾ ਟਾਈਮ ਵੀ ਮਿਲਦਾ ਤਾਂ ਹੋਣ ਵਾਲਾ ਵਾ, ਤੇ ਮੈਂ ਤੁਹਾਨੂੰ ਅੱਜ ਪੁੱਛਣਾ ਆਇਆ ਸੀ ਕਿ ਪਾਲੀ ਸਰਕਾਰ ਦੁਆਰੇ ਤੇ ਮੈਡਮ ਕਹਿ ਰਹੇ ਆ ਕਿ ਜਲਦੀ ਉਹ ਵਾਪਸੀ ਕਰ ਰਹੇ ਆ ਉਹਨਾਂ ਨੂੰ ਕਿਡਰੈਪ। ਮਿਹਨਤ ਵੀ ਪੂਰੀ ਕੀਤੀ, ਕੰਮ ਵੀ ਪੂਰਾ ਨੀ ਹੋਇਆ। ਚੱਲ ਛੱਡ ਆਪਣੀ ਕੰਧ ਕਰਾ ਲਵਾ ਕਲੀ ਬਾਰੀ ਬਰਸੀ ਕੱਢਣ ਗਈ ਸੀ, ਬਾਰੀ ਬਰਸੀ ਕੱਢਣ ਗਈ ਸੀ, ਜਦੋਂ ਕੱਟਣਗੇ ਨਾ ਸਾਡੀ ਕੰਧ ਖਰਾਬ ਹੋ ਗਈ ਸੀ ਮੈਮ, ਫਿਰ ਮੈਂ ਸੋਚਿਆ ਕਿ ਆਪਣੀ ਕੰਧ ਕਰਾ ਲਵਾਂ ਕਲੀ। ਜਿਉਣੇ ਜਦੋਂ ਲੰਘਦਾ ਸੀ ਸਾਡੀ ਗਲੀ, ਤੇਰੀ ਵਗਦੀ ਹੁੰਦੀ ਸੀ ਨਲੀ, ਜਿਉਣੇ ਵਗਦਾ ਸੀ ਜਦੋਂ ਆਉਂਦਾ ਸੀ ਸਾਡੀ ਗਲੀ, ਤੇਰੀ ਵਗਦੀ ਹੁੰਦੀ ਸੀ ਨਲੀ, ਮਰ ਜਾਣਾ ਨਲੀ ਚੋਈ ਜੱਟ ਲਿਆ ਕਰਦੇ। ਹਾਂ ਓਹ ਅੱਛਾ ਅੱਛਾ ਅਸੀਂ ਇਥੋਂ ਜਾ ਚੁੱਕਾ ਤੇ ਅਸੀਂ ਇਥੋਂ ਜਾਣਾ ਚਾਹੁੰਦੇ ਆ, ਸਾਨੂੰ ਕੋਈ ਜਾਣ ਨੀ ਦੇਣ ਦੇ, ਜਾਣ ਨੀ ਦੇਣ ਦੇ, ਸਾਡੇ ਤੋਂ ਰਿਸ਼ਵਤ ਇਹਨਾਂ ਨੇ ਫੁੱਲ ਲਈ ਆ, ਸਾਡੇ ਤੋਂ 500 ਦੇ 1000 ਦੇ ਨੋਟ, 2000 ਦੇ ਨੋਟ ਸ਼ਰੇਆਮ ਇਹਨਾਂ ਨੇ ਸਾਡੇ ਨਾਲ ਧੱਕਾ ਕਰਕੇ ਖੋਇਆ। ਸੋ ਅਸੀਂ ਅੱਜ ਇੰਨਾ ਹੀ ਕਹਿਣਾ ਚਾਹਾਂਗੇ। ਬਹੁਤ ਹੋ ਗਿਆ, ਚਲੋ ਨਿਕਲੋ, ਆਇਓ ਆਇਓ ਨਿਕਲੋ, ਧੱਕੇ ਮਾਰ ਕੇ ਭਜਾ ਰਹੇ ਆ ਜੀ। ਇਹ ਦੇਖੋ ਜੀ, ਦੇਖੋ ਬਾਰੀ ਬਜੀ ਕਿੰਨੀ ਕੀ ਸੀ, ਬਾਰੀ ਬਜੀ ਕਿੰਨੀ ਕੀ ਸੀ, ਕੱਟ ਕੇ ਲਿਆਂਦਾ ਜਮੂਰਾ, ਹੁਣ ਅਸੀਂ ਕੱਲ ਮਿਲਾਂਗੇ, ਹੁਣ ਅਸੀਂ ਕੱਲ ਮਿਲਾਂਗੇ, ਸਾਡਾ ਟਾਈਮ ਹੋ ਗਿਆ ਪੂਰਾ, ਹੁਣ ਅਸੀਂ ਕੱਲ ਮਿਲਾਂਗੇ। ਹੋ ਸਤਿ ਸ਼੍ਰੀ ਅਕਾਲ ਜੀ, ਮਿਲਦੇ ਆ ਕੱਲ।